ਪਿੱਛੇ ਇੱਕ ਕਾਸ਼ੀਨਾਥ ਦੀ ਇੰਟਰਵਿਊ ਕੀਤੀ ਸੀ ਮੈਂ। ਉਹਦੇ ਵਿੱਚ ਕਾਸ਼ੀਨਾਥ ਨੇ ਕਿਹਾ ਸੀਗਾ ਕਿ ਹਰਮਨ ਕੋਟਲਾ 'ਤੇ ਮੈਂ ਇੱਕ ਗੀਤ ਲਿਖਿਆ, ਫਿਰ ਉਹਨੇ ਸੁਣਾਇਆ ਸੀ, ਅਤੇ ਅੱਜ ਇਸੇ ਕਰਕੇ ਹਰਮਨ ਕੋਟਲਾ ਨੂੰ ਅਸੀਂ ਬੁਲਾ ਹੀ ਲਿਆ। ਥੋੜ੍ਹਾ ਇਤਰਾਜ਼ ਵੀ ਹੈ ਵੀਰੇ ਦਾ। ਇੱਕ ਗਾਣਾ ਲਿਖਿਆ ਸੀਗਾ ਮੈਂ ਮੇਰੇ ਵੀਰ ਹਰਮਨ ਦੇ ਨਾਲ ਬੈਠ ਕੇ, ਸਾਰੇ ਹਰਮਨ ਕੋਟਲਾ ਜੀ ਆ, ਅਤੇ ਅਸੀਂ ਦੋਵਾਂ ਨੇ ਗੀਤ ਲਿਖਿਆ ਸੀ, ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ। ਕਾਸ਼ੀਨਾਥ ਦੇ ਨਾਲ ਗੱਲਬਾਤ ਹੋਈ ਸੀ ਜਦੋਂ ਕਾਸ਼ੀ ਕਹਿੰਦਾ ਸੀ ਵੀ ਆਪਾਂ ਦੋਵਾਂ ਨੇ ਇਕੱਠਿਆਂ ਲਿਖਿਆ, ਬਈ ਇਕੱਠਿਆਂ ਕਿਵੇਂ ਲਿਖਿਆ ਸੀ ਤੁਸੀਂ? ਬਾਈ ਜੀ, ਇਕੱਠਿਆਂ ਦੇ ਕਦੀ ਇੰਟਰਫੇਸ ਵੀ ਨਹੀਂ ਹੋਏ ਆਪਾਂ। ਹੌਸਲੇ ਪੁੱਠੇ ਪੈ ਗਿਆ ਲੱਗਦਾ ਕੱਲ ਜਵਾਨੀ ਦੇ, ਹੋ ਵਿੱਚ ਕਾਮ ਦੇ ਆ ਕੇ ਕੀਤੇ ਕੰਮ ਨਦਾਨੀ ਨੇ, ਪਸ਼ੂਆਂ ਨਾਲੋਂ ਵਹਿਸ਼ੀ ਲੋਕ ਹੋ ਗਏ ਚੰਗੇ ਘਰਾਨੇ ਦੇ, ਲੱਖ ਲਾਣ ਤਾਂ ਲੋਕੋ ਅੱਜ ਕੱਲ੍ਹ ਨਵੇਂ ਜ਼ਮਾਨੇ ਦੇ। ਉਸ ਨੇ ਮੈਨੂੰ ਇਹ ਕਿਹਾ ਸੀਗਾ ਵੀ ਮੈਂ ਤੇਰਾ ਗਾਣਾ ਜ਼ਰੂਰ ਗਾਊਂਗਾ ਪਰ ਮੈਂ ਤੇਰਾ ਨਾਂ ਨਹੀਂ ਵਿੱਚ ਲਊਂਗਾ। ਮੇਰੇ ਕੋਲ ਪਰੂਫ ਵੀ ਪਿਆ ਸਾਰਾ, ਮੈਂ ਰਜਿਸਟਰ ਕਰਾਇਆ, ਮੇਰੇ ਕੋਲ 1.5 ਸਾਲ ਤੋਂ ਪਹਿਲਾਂ ਦਾ ਰਜਿਸਟਰ ਪਿਆ ਜੀ, ਸਾਰਾ ਇਹਦੇ ਵਿੱਚ ਪਰੂਫ ਆ। ਉਹ ਹੌਸਲੇ ਪੁੱਠੇ ਪੈ ਗਏ ਲੱਗਦਾ ਅੱਜ ਜਵਾਨੀ ਦੇ, ਵਿੱਚ ਕੰਮ ਦੇ ਆ ਕੇ ਕਰਦੇ ਜੋ ਨਦਾਨੀ ਨੇ, ਉਹ ਪਸ਼ੂਆਂ ਨਾਲੋਂ ਵਹਿਸ਼ੀ ਹੋ ਗਏ ਚੰਗੇ ਘਰਾਨੇ ਦੇ, ਲੱਖ ਲਾਣ ਤਾਂ ਯਾਰਾ ਐਸੇ ਨਵੇਂ ਜ਼ਮਾਨੇ ਦੇ। ਹਰ ਬੰਦੇ ਨੂੰ ਆਪਣੇ ਗੁਰੂ ਨੂੰ ਹਰ ਬੰਦੇ ਦੇ ਵਿੱਚ ਦੇਖੋ, ਤੁਹਾਨੂੰ ਰੱਬ ਮਿਲੇਗਾ। ਇਹ ਮੇਰੀ ਲਿਖਤਕਾਰੀ ਆ, ਮੇਰੇ ਆਪਣੇ ਸੋਚ ਆ ਮੇਰੀ ਆਪਣੀ। ਫਿਰ ਉਹਨਾਂ ਨੇ ਜਦੋਂ ਇੱਕ ਅੰਤਰਾ ਅਗਲਾ ਗਾਇਆ ਉਹਦੇ ਵਿੱਚ ਕਿਹਾ ਕਿ ਇਹ ਮੇਰੀ ਸੋਚਣੀ ਹੈ ਅਤੇ ਮੇਰੀ ਲਿਖਤ ਆ, ਫਿਰ ਉਹਨਾਂ ਨੇ ਉਹ ਅਗਲਾ ਅੰਤਰਾ ਸੈਲਫੀ ਵਾਲਾ ਸ਼ੁਰੂ ਕਰਤਾ। ਹੋਏ ਭਗਤ ਕਹਿੰਦੇ ਸਾਡੇ ਵਰਗੇ ਧਰਮ ਨਾ ਹੋਣੇ ਆ, ਇਹ ਨਹੀਂ ਜਾਣਦੇ ਆਖਰ ਨੂੰ ਕੰਮ ਕਰਮੀ ਆਉਣੇ ਆ, ਇਹ ਨਹੀਂ ਜਾਣਦੇ ਆਖਰ ਨੂੰ ਕੰਮ ਕਰਮੀ ਆਉਣੇ ਆ, ਆ ਗੁਰੂ ਘਰਾਂ ਵਿੱਚ ਘੱਟ ਗਈ ਸੇਵਾ, ਬਹੁਤੇ ਬਿਜ਼ੀ ਰਹਿੰਦੇ ਨੇ, ਹੋ ਵਿੱਚ ਦਰਬਾਰੋਂ ਖੁਸ਼ੀਆਂ ਨਹੀਂ ਬਸ ਸੈਲਫੀਆਂ ਲੈਂਦੇ ਨੇ। ਤੁਹਾਡੀ ਆਪਣੀ ਮੱਤ, ਜਿਸ ਤਰ੍ਹਾਂ ਤੁਹਾਡੀ ਆਪਣੀ ਮੱਤ ਹੈ ਆਪਣੇ ਅਕੋਰਡਿੰਗ ਚੱਲੋ, ਕਿਉਂ ਕਿਸੇ ਦੀ ਮੱਤ ਨੂੰ ਲੈ ਕੇ ਤੁਸੀਂ ਉਹਨੂੰ ਫੋਲੋ ਕਰਦੇ? ਭਗਤ ਤਾਂ ਕਹਿੰਦੇ ਸਾਡੇ ਵਰਗੇ ਧਰਮ ਨਾ ਹੋਣੇ ਆ, ਪਰ ਇੰਨਾ ਕਿਉਂ ਨਹੀਂ ਜਾਣਦੇ ਕੰਮ ਤਾਂ ਕਰਮ ਹੀ ਆਉਣੇ ਆ, ਉਹ ਗੁਰੂ ਘਰਾਂ ਵਿੱਚ ਘੱਟ ਗਈ ਸੇਵਾ, ਬਿਜ਼ੀ ਰਹਿੰਦੇ ਨੇ, ਹੁਣ ਵਿੱਚ ਦਰਬਾਰੋਂ ਖੁਸ਼ੀਆਂ ਨਹੀਂ ਆ ਸੈਲਫੀ ਲੈਂਦੇ ਨੇ। ਉਹਨਾਂ ਦਾ ਇੱਕ ਪੈਰਾ ਵੀ ਉਹਨਾਂ ਦਾ ਆਪਣਾ ਨਹੀਂ ਹੈ, ਜਿੱਦਾਂ ਦਾ ਮੈਂ ਸੋਚੂੰਗਾ ਮੈਂ ਉੱਦਾਂ ਦਾ ਹੀ ਲਿਖਣਾ। ਬਸ ਮੈਂ ਇਹੀ ਕਹਿਣਾ ਚਾਹੂੰਗਾ ਵੀ ਵੀਰੇ ਤੈਨੂੰ ਅੱਗੇ ਤੋਂ ਕੋਈ ਗੀਤਕਾਰ ਮਿਲੇ ਤਾਂ ਉਹਨੂੰ ਉਹਦਾ ਹੱਕ ਦੇ ਦੀ, ਨਹੀਂ ਤਾਂ ਫਿਰ ਉਹ ਵੀ ਇੱਥੇ ਆਜੂਗਾ ਤੁਹਾਡੇ ਕੋਲ ਵੀ ਬਾਈ ਹੱਕ ਨਹੀਂ ਮਿਲਿਆ। ਉਹ ਚੱਚ ਕੀ ਜੇ ਗੱਲ ਫਿਰ ਮਾਰੋ ਤਾੜੀਆਂ, ਉਹ ਗੱਲਾਂ ਲਿਖੀਆਂ ਨੇ ਜੋ ਨੀ ਮਾੜੀਆਂ, ਹਰਮਨ ਕੋਟਲੇ ਦਾ ਲਿਖ ਗਿਆ ਏ, ਹੋਰਾਂ ਦਾ ਨੀ ਪਤਾ ਆਪ ਸਿੱਖ ਗਿਆ ਏ। ਹਰਮਨ ਬਾਈ, ਤੁਹਾਡੀ ਇੰਟਰਵਿਊ ਜਿਹੜੀ ਆਪਾਂ ਹੁਣ ਕਰਨੀ ਹੈ, ਅਤੇ ਵਾਅਦਾ ਇੱਕ ਜ਼ਰੂਰ ਲੈਣਾ ਵੀ ਆਪਾਂ ਜਦੋਂ ਇੰਟਰਵਿਊ ਦੇ ਵਿੱਚ, ਕਈ ਲੋਕ ਦੇਖਿਆ ਵੀ ਇੰਟਰਵਿਊ ਦੇ ਵੇਲੇ, ਪਹਿਲੀ ਇੰਟਰਵਿਊ ਵੇਲੇ ਕੁਛ ਹੁੰਦੇ ਆ
ਅਤੇ ਜਦੋਂ ਕੁਝ ਲਿਖਦੇ ਆ ਫਿਰ ਉਹ ਕੁਛ ਹੋਰ ਹੋ ਜਾਂਦੇ ਵੀ ਆਪਾਂ ਸੱਭਿਆਚਾਰਕ ਲਿਖਣਾ ਮਾਵਾਂ ਭੈਣਾਂ ਧੀਆਂ ਸਾਰੀਆਂ ਸੁਣ ਸਕਣ ਉਵੇਂ ਦਾ ਲਿਖਣਾ ਅਤੇ ਉਵੇਂ ਦਾ ਹੀ ਸੁਣਾਉਣਾ ਲਿਖਣਾ ਬਾਈ ਜੀ ਉਵੇਂ ਦਾ ਹੀ ਆ ਜਿਵੇਂ ਦਾ ਲੋਕ ਸੁਣਨਗੇ ਕਿਉਂਕਿ ਜਿਹੜੀ ਦੂਜੀ ਗੱਲ ਇਹ ਆ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਹਾਂ ਸੱਭਿਆਚਾਰ ਨੂੰ ਲੈ ਕੇ ਜਾਂ ਜਿੱਦਾਂ ਮਰਜ਼ੀ ਆ ਕਿਉਂਕਿ ਮੈਨੂੰ ਲੱਗਦਾ ਕਿ ਪਹਿਲਾਂ ਇੱਕ ਵਾਰੀ ਆਪਣੇ ਘਰ 'ਚ ਦੇਖ ਲੈਣਾ ਚਾਹੀਦਾ ਵੀ ਸਾਡੇ ਘਰ 'ਚ ਮਾਵਾਂ ਭੈਣਾਂ ਸਭ ਹੈ ਠੀਕ ਆ ਦੂਜੀ ਗੱਲ ਮੇਰੀ ਜਿੱਥੋਂ ਤੱਕ ਸੋਚਣੀ ਆ ਕਿ ਮੈਂ ਲਿਖੂੰਗਾ ਹਰ ਪ੍ਰਕਾਰ ਦਾ ਪਰ ਇੱਕ ਦਾਇਰੇ 'ਚ ਰਹਿ ਕੇ ਜਿਹਦੇ ਨਾਲ ਕਿ ਕਿਸੇ ਨੂੰ ਵੀ ਗਲਤ ਮੈਸੇਜ ਨਾ ਜਾਵੇ ਬਹੁਤ ਵਧੀਆ ਅਤੇ ਕਰੀਏ ਸ਼ੁਰੂ ਇੰਟਰਵਿਊ ਫਿਰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਸਿੰਘ ਥਲੀ ਹੈ ਵੱਖੋ ਵੱਖਰੇ ਗੀਤਕਾਰਾਂ ਦੇ ਨਾਲ ਗਾਇਕਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਦੀ ਹੈ ਉਹਨਾਂ ਲੋਕਾਂ ਦੇ ਨਾਲ ਜਿਹੜੇ ਸਮਾਜ ਦੇ ਲਈ ਚੰਗਾ ਗਾਉਂਦੇ ਨੇ ਚੰਗਾ ਪਰੋਸਦੇ ਨੇ ਚੰਗਾ ਲਿਖਦੇ ਨੇ ਸੋ ਇੱਕ ਹੋਰ ਵੀਰ ਸਾਡੇ ਵਿਚਕਾਰ ਅੱਜ ਹੈਗਾ ਹੈ ਹਰਮਨ ਸਿੰਘ ਕੋਟਲਾ ਹਰਮਨ ਕੋਟਲਾ ਦੇ ਨਾਂ ਨਾਲ ਜਾਣਿਆ ਜਾਂਦਾ ਪਿੱਛੇ ਇੱਕ ਕਾਸ਼ੀਨਾਥ ਦੀ ਇੰਟਰਵਿਊ ਕੀਤੀ ਸੀ ਮੈਂ ਉਹਦੇ ਵਿੱਚ ਕਾਸ਼ੀਨਾਥ ਨੇ ਕਿਹਾ ਸੀਗਾ ਕਿ ਹਰਮਨ ਕੋਟਲਾ 'ਤੇ ਮੈਂ ਇੱਕ ਗੀਤ ਲਿਖਿਆ ਫਿਰ ਉਹਨੇ ਸੁਣਾਇਆ ਸੀ ਅਤੇ ਅੱਜ ਇਸੇ ਕਰਕੇ ਹਰਮਨ ਕੋਟਲਾ ਨੂੰ ਅਸੀਂ ਬੁਲਾ ਹੀ ਲਿਆ ਥੋੜ੍ਹਾ ਇਤਰਾਜ਼ ਵੀ ਹੈ ਵੀਰੇ ਦਾ ਉਹ ਵੀ ਇਤਰਾਜ਼ ਵੀ ਅਸੀਂ ਦੇਖਣਾ ਵੀ ਕੀ ਹੈ ਅਤੇ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲੋਕ ਚੈਨਲ ਵੇਖਦਿਆਂ ਨੂੰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਹਰਮਨ ਸਭ ਤੋਂ ਪਹਿਲਾਂ ਮੈਨੂੰ ਆਪਣਾ ਪਿੰਡ ਦੱਸੋ ਕੀ ਕਰਦੇ ਹੋ ਤੁਸੀਂ ਲਿਖਦੇ ਵੀ ਹੋ ਪਰ ਵੈਸੇ ਕੀ ਕਰਦੇ ਹੋ ਮੈਂ ਫਾਰਮੇਸੀ ਕਰਦਾ ਜੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਜੀ ਅਤੇ ਆਪਣਾ ਪਿੰਡ ਕੋਟਲਾ ਕਾਜੀ ਹਾਂ ਜੀ ਅੱਜ ਨਾਲਾ ਦੇ ਲਾਗੇ ਪੈਂਦਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਬਸ ਇੱਦਾਂ ਹੀ ਇੰਨੀ ਜ਼ਿੰਦਗੀ ਚੱਲੀ ਜਾਂਦੀ ਹੈ ਠੀਕ ਹੈ ਅਤੇ ਨਾਲ ਨਾਲ ਲਿਖਣ ਦਾ ਸ਼ੌਂਕ ਕਿਵੇਂ ਜਾਗਿਆ ਕਦੋਂ ਤੋਂ ਲਿਖਦੇ ਹੋ ਮੈਂ 9th ਸਟੈਂਡਰਡ ਦੇ ਵਿੱਚ ਸੀਗਾ ਜੀ ਅੱਛਾ ਜੀ ਉਦੋਂ ਤੋਂ ਮੈਨੂੰ ਖੁਦ ਨਹੀਂ ਪਤਾ ਕਿ ਮੈਂ ਕਿੱਦਾਂ ਲਿਖਣਾ ਸ਼ੁਰੂ ਕਰਤਾ ਪਰ ਕੁਝ ਨਾ ਕੁਝ ਦਿਮਾਗ ਦੇ ਵਿੱਚ ਆਇਆ ਅਤੇ ਉਹ 2-3 ਲਾਈਨਾਂ ਜੋੜੀਆਂ ਉਸ ਤੋਂ ਬਾਅਦ ਫਿਰ ਕੰਟੀਨਿਊ ਚੱਲਦਾ ਰਿਹਾ ਅਤੇ ਕੰਟੀਨਿਊ ਜਿਹੜਾ ਪ੍ਰੋਸੈਸ ਚੱਲਿਆ ਉਹ ਚੰਗੇ ਵੱਲ ਹੀ ਚੱਲਿਆ ਦੂਜੇ ਤਰਫ ਨਹੀਂ ਚੱਲਿਆ ਠੀਕ ਹੈ ਪਰਿਵਾਰ ਦੇ ਵਿੱਚ ਕੋਈ ਲਿਖਦਾ ਹੈ ਪਹਿਲੇ ਹਾਂਜੀ ਮੇਰੇ ਚਾਚਾ ਜੀ ਆ ਜਗਤਾਰ ਕੋਟਲਾ ਉਹ ਲਿਖਦੇ ਸੀਗੇ ਅਤੇ ਜਦੋਂ ਉਹਨਾਂ ਦਾ ਮੈਂ ਲਿਖਿਆ ਸੁਣਿਆ ਹਾਲਾਂਕਿ ਮੈਂ ਥੋੜ੍ਹਾ ਪਹਿਲਾਂ ਸ਼ੁਰੂ ਕਰਤਾ ਸੀਗਾ ਲਿਖਣਾ ਪਰ ਉਹ ਤਾਂ ਮੇਰੇ ਤੋਂ ਵੀ ਪਹਿਲਾਂ ਲਿਖਦੇ ਸੀਗੇ ਜਦੋਂ ਮੈਂ ਉਹਨਾਂ ਨੂੰ ਥੋੜ੍ਹਾ ਬਹੁਤਾ ਸੁਣਿਆ ਲਿਖਦਿਆਂ ਨੂੰ ਤਾਂ ਮੈਨੂੰ ਉਹਨਾਂ ਦੀਆਂ ਬਾ ਕਮਾਲ ਚੀਜ਼ਾਂ ਲੱਗੀਆਂ ਬਹੁਤ ਜ਼ਿਆਦਾ ਜੀ ਅਤੇ ਫਿਰ ਥੋੜ੍ਹਾ ਬਹੁਤਾ ਮੈਂ ਵੀ ਹੱਥ ਜਮਾਉਂਦਾ ਵੀ ਇੱਧਰ ਸਭ ਤੋਂ ਪਹਿਲਾਂ ਕੀ ਲਿਖਿਆ ਸੀ ਯਾਦ ਹੈ ਉਹ ਸੁਣਾਓ ਇੱਕ ਗੀਤ ਸੀਗਾ ਸਟੋਰੀ ਇੱਦਾਂ ਹੈ ਕਿ ਮੁੰਡਾ ਜੀ ਕੁੜੀ ਕੋਲੇ ਜਾਂਦਾ ਉਹਨੂੰ ਗੋਡਾ ਲਾ ਕੇ ਜੀ ਫੁੱਲ ਦਿੰਦਾ ਲਾਲ ਰੰਗ ਦਾ ਉਹ ਕੁੜੀ ਬੜੀ ਸਿਆਣੀ ਹੁੰਦੀ ਆ ਉਹ ਕੁੜੀ ਉਹਨੂੰ ਇੱਕ ਜਵਾਬ ਦਿੰਦੀ ਕਹਿੰਦੀ ਵੇ ਤੂੰ ਗੋਡਾ ਲਾ ਕੇ ਦੇਵੇਂ ਫੁੱਲ ਦਿਲ ਮੰਗਦਾ ਵੇ ਬਾਪੂ ਮੇਰਾ ਵੀ ਆ ਲਾਲ ਪੱਗ ਰੋਜ ਬੰਨਦਾ ਵੇ ਤੇਰੇ ਫੁੱਲਾਂ ਵੱਲ ਵੇਖ ਡਰੀ ਗਈਆਂ ਤੇਰੇ ਫੁੱਲਾਂ ਵੱਲ ਵੇਖ ਡਰੀ ਗਈਆਂ ਵੇ ਰੋਲਾਂ ਪੱਗ ਬਾਪੂ ਦੀ ਜਾਂ ਤੇਰੇ ਫੁੱਲ ਵੇ ਮੇਰੇ ਬਾਪੂ ਦੀ ਆ ਪੱਗ ਬੜੀ ਸੋਹਣੀ ਵੇ ਮੈਂ ਰੋਲਣੀ ਨਹੀਂ ਫੁੱਲ ਦੇ ਅਮੁੱਲ ਵੇ ਮੇਰੇ ਬਾਪੂ ਦੀ ਆ ਪੱਗ ਬੜੀ ਸੋਹਣੀ ਵੇ ਮੈਂ ਰੋਲਣੀ ਨਹੀਂ ਫੁੱਲ ਦੇ ਅਮੁੱਲ ਵੇ ਇਹ ਸੀ ਤੁਸੀਂ ਇਹ ਲਿਖਿਆ ਸੀਗਾ ਇਹਦਾ ਲਾਸਟ ਸੰਤਰਾ ਲਿਖਣਾ ਸਾਡੇ ਸੱਭਿਆ ਵੇ ਚਾਰ ਦੀਆਂ ਗੱਲਾਂ ਨੇ ਸਾਡੇ ਪਿੰਡ ਨਹੀਂ ਉਹ ਸ਼ਹਿਰੀ ਕੰਮ ਚੱਲਦਾ ਬਾਪੂ ਮਾਰ ਦੂਗਾ ਤੈਨੂੰ ਸੁਣ ਮੁੰਡਿਆ ਜੇ ਉਹਨੂੰ ਪਤਾ ਲੱਗਾ ਇਸ ਗੱਲ ਦਾ ਗੀਤ ਹਰਮਨ ਸਦਾ ਸੱਚਾ ਲਿਖੀ ਵੇ ਕਦੇ ਲਿਖ ਕੇ ਨਾ ਜਾਵੀ ਖੁਦ ਭੁੱਲ ਵੇ ਮੇਰੇ ਬਾਪੂ ਦੀ ਆ ਪੱਗ ਬੜੀ ਸੋਹਣੀ ਵੇ ਮੈਂ ਰੋਲਣੀ ਨਹੀਂ ਫੁੱਲ ਦਿਆਂ ਮੁੱਲ ਵੇ ਬਹੁਤ ਅੱਛਾ ਅੱਛਾ ਗਾਇਆ ਤੁਸੀਂ ਮਤਲਬ ਕਿ
ਗਾਉਂਦੇ ਵੀ ਹੋ ਤੁਸੀਂ ਖੁਦ? ਜਿਵੇਂ ਕੋਈ ਬੁਲਾਉਂਦਾ ਹੈ ਤਾਂ ਉੱਥੇ ਵੀ ਤੁਸੀਂ ਜਾਂਦੇ ਹੋ? ਹਾਂਜੀ ਸਰ, ਜ਼ਰੂਰ। ਮੇਰੇ ਯਾਰ ਦੋਸਤ ਬੜਾ ਸਪੋਰਟ ਕਰਦੇ ਆ ਸਾਰੇ ਜਿੰਨੇ ਵੀ ਆ। ਉਹ ਜਦੋਂ ਵੀ ਕਿਤੇ ਮਤਲਬ ਮੈਰਿਜ ਹੁੰਦੀ ਆ ਜਾਂ ਕਿਤੇ ਵੀ ਮੇਲਾ ਹੁੰਦਾ ਤਾਂ ਕਹਿੰਦੇ ਵੀ ਚਲੋ ਜੀ, ਤਾਂ ਫਿਰ ਇੰਨਾ ਕੁ ਪਿਆਰ ਮਿਲਦਾ ਜਦੋਂ ਚੰਗੀ ਚੀਜ਼ ਸੁਣਾਈਦੀ ਆ ਲੋਕਾਂ ਨੂੰ, ਤਾਂ ਬਹੁਤ ਜ਼ਿਆਦਾ ਪਿਆਰ ਮਿਲਦਾ। ਚਲੋ ਉਹ ਗੱਲ ਵੱਖਰੀ ਹੈਗੀ, ਇੰਨੇ ਮਤਲਬ ਉੱਚੇ ਪੱਧਰ 'ਤੇ ਅਜੇ ਤੱਕ ਨਹੀਂ ਗਾਇਆ, ਪਰ ਜਿੰਨਾ ਵੀ ਗਾਇਆ, ਜਿੰਨੇ ਵੀ ਸਰੋਤਿਆਂ 'ਚ ਗਾਇਆ, ਉਹਨਾਂ ਨੇ ਬਹੁਤ ਜ਼ਿਆਦਾ ਸਲਾਇਆ। ਕਿ ਹੁਣ ਤੱਕ ਸਾਰਾ ਹੀ ਧੀਆਂ ਭੈਣਾਂ ਦੇ ਵਿੱਚ ਬੈਠ ਕੇ ਸੁਣ ਸਕੀਏ, ਉਵੇਂ ਦਾ ਗਾਇਆ ਜਾਂ ਕੁਛ ਲੱਚਰ ਵਗੈਰਾ ਵੀ? ਕੁਛ ਲੱਚਰ ਨਹੀਂ, ਅੱਜ ਤੱਕ ਉਹੀ ਲਿਖਿਆ, ਉਹੀ ਗਾਇਆ ਜੋ ਸੁਣਿਆ ਜਾ ਸਕੇ, ਜੋ ਧੀ ਭੈਣ ਵੀ ਸੁਣ ਸਕੇ ਅਤੇ ਉਹਨੂੰ ਚੰਗਾ ਲੱਗੇ। ਜੇ ਮੈਂ ਆਪਣੇ ਯਾਰਾਂ 'ਤੇ ਵੀ ਲਿਖਿਆ ਤਾਂ ਉਹ ਵੀ ਇਸ ਤਰ੍ਹਾਂ ਲਿਖਿਆ ਕਿ ਕਿਸੇ ਨੂੰ ਇਹ ਕਮੈਂਟ ਨਹੀਂ ਕੀਤਾ ਉਹਦੇ ਵਿੱਚ ਵੀ ਤੁਸੀਂ ਮਾੜੇ ਜਿਹੇ ਜਾਂ ਕੋਈ ਇੱਦਾਂ ਆ ਉੱਦਾਂ, ਸਿਰਫ ਇੱਕ ਯਾਰਾਂ ਦੀ ਗੱਲ ਕੀਤੀ ਵੀ ਯਾਰੀ ਹੁੰਦੀ ਕੀ ਆ, ਯਾਰੀ ਦੀ ਅਸਲੀ ਪਰਿਭਾਸ਼ਾ ਦੱਸੀ ਉਹਦੇ ਵਿੱਚ। ਕਾਸ਼ੀਨਾਥ ਦੀ ਇੰਟਰਵਿਊ ਕੀਤੀ ਸੀ, ਉਹਨੇ ਮੈਨੂੰ ਜਦੋਂ ਨਾਮ ਲਿਆ ਸੀ ਕਹਿੰਦਾ ਹਰਮਨ ਕੋਟਲਾ, ਅਤੇ ਅਸੀਂ ਇਕੱਠੇ ਬੈਠ ਕੇ ਗੀਤ ਲਿਖਿਆ ਏ, ਅਤੇ ਫਿਰ ਉਹਨਾਂ ਸੁਣਾਇਆ ਵੀ ਸੀਗਾ। ਪਹਿਲਾਂ ਉਹ ਗੀਤ ਸੁਣਾ ਦਿਓ, ਫਿਰ ਆਪਾਂ ਬਾਕੀ ਗੱਲ ਕਰਦੇ ਹਾਂ। ਕਿਹੜਾ ਗੀਤ ਸੀ ਉਹ? ਜੀ, ਉਹ ਲੋਕ ਤੱਥ ਸੀਗਾ, ਉਹਨਾਂ ਨੇ ਕੁਝ ਅੰਤਰੇ ਗਾਤੇ ਸੀਗੇ, ਅਤੇ ਕੁਝ ਅੰਤਰੇ ਆ ਮੇਰੇ ਕੋਲ ਪ੍ਰੂਫ ਵੀ ਪਿਆ, ਸਾਰਾ ਮੈਂ ਰਜਿਸਟਰ ਕਰਾਇਆ, ਮੇਰੇ ਕੋਲ 1.5 ਸਾਲ ਤੋਂ ਪਹਿਲਾਂ ਦਾ ਰਜਿਸਟਰ ਪਿਆ ਜੀ, ਇਹ ਸਾਰਾ ਇਹਦੇ ਵਿੱਚ ਪ੍ਰੂਫ ਆ। ਇਹਦੇ ਕੁਝ ਅੰਤਰੇ ਮੈਂ ਤੁਹਾਨੂੰ ਅਗਲੇ ਸੁਣਾ ਦਿੰਦਾ ਕਿ ਉਹੀ ਰਿਪੀਟ ਕਰਾਂ ਜਿਹੜੇ ਉਹਨਾਂ ਨੇ? ਉਹ ਵੀ ਸੁਣਾ ਦਿਓ, ਇੱਕ ਅੰਤਰ, ਇੱਕ ਅਸਥਾਈ ਹੋ ਅਤੇ ਇੱਕ ਅੰਤਰ ਹੋ। ਅੱਛਾ, ਇੱਕ ਹੋਰ ਸੁਣਾ। ਉਹ ਹੀਗਾ ਕਹਿੰਦਾ, ਹੋ ਹੌਸਲੇ ਪੁੱਠੇ ਪੈ ਗਏ ਲੱਗਦਾ ਅੱਜ ਜਵਾਨੀ ਦੇ ਵਿੱਚ, ਕੰਮ ਦੇ ਆ ਕੇ ਕਰਦੇ ਜੋ ਨਦਾਨੀ ਨੇ, ਉਹ ਪਸ਼ੂਆਂ ਨਾਲੋਂ ਵਹਿਸ਼ੀ ਹੋ ਗਏ ਚੰਗੇ ਘਰਾਨੇ ਦੇ, ਅਲੱਖ ਲਾਹਣ ਤਾਂ ਯਾਰਾ ਐਸੇ ਨਵੇਂ ਜ਼ਮਾਨੇ ਦੇ, ਅਲੱਖ ਲਾਹਣ ਤਾਂ ਯਾਰਾ ਐਸੇ ਨਵੇਂ ਜ਼ਮਾਨੇ ਦੇ, ਚੜਾਇਆ ਬੈਟ ਬੱਲੇ ਨੂੰ ਕੌਡੀ ਭੁੱਲ ਗਈ ਲੋਕਾਂ ਨੂੰ, ਉਹ ਮੁੱਲ ਨਾ ਪਾਉਂਦੇ ਜਾਨਾਂ ਦਾ ਚੈੱਕ ਕਰਦੇ ਸ਼ੋਟਾਂ ਨੂੰ, ਉਹ ਖੇਡ ਹਾਕੀ ਵੀ ਨੀਵੀਂ ਹੋ ਗਈ ਮਸਲੇ ਵਾਲੇ ਨੇ, ਆ ਵਿੱਚ ਗਰਾਊਂਡਾਂ ਖੇਡਦੇ ਹੁਣ ਤਾਂ ਪੈਸੇ ਵਾਲੇ ਨੇ, ਆ ਵਿੱਚ ਗਰਾਊਂਡਾਂ ਖੇਡਦੇ ਹੁਣ ਤਾਂ ਪੈਸੇ ਵਾਲੇ ਨੇ। ਅੱਜ ਕੱਲ੍ਹ ਪਤਾ ਕੀ ਹੁੰਦਾ, ਡੀਜਿਆਂ ਦੇ ਨੋਰਮਲ ਮੁੰਡੇ ਬੜੇ ਨੋਟ ਸੁੱਟਦੇ ਆ ਕੁੜੀਆਂ ਦੇ ਉੱਤੇ, ਉਹਨਾਂ ਦੀ ਕੁਛ ਕਹਿੰਦਾ, ਉਹ ਬਾਪੂ ਦੇ ਲੈ ਪੈਸੇ ਬੜਾ ਬਣਾਉਂਦਾ ਟੋਰਾਂ ਨੂੰ, ਆ ਸੁੱਟ ਕੇ 200 ਨਾਰਾਂ ਤੋਂ ਜੋ ਨਾਪੇ ਤੋਰਾਂ ਨੂੰ, ਉਹ ਗਾਣਾ ਲਾ ਕੇ ਦੱਸਦਾ ਜਿਹੜਾ ਪੁੱਤ ਮੈਂ ਵੇਲੀ ਦਾ, ਡੀਜੇ 'ਤੇ ਬਦਮਾਸ਼ ਬਣੇ ਜੋ ਬੰਦਾ ਧੇਲੀ ਦਾ, ਹੱਡੀ ਜੇ ਤੇ ਬਦਮਾਸ਼ ਬਣੇ ਜੋ ਬੰਦਾ ਧੇਲੀ ਦਾ। ਭਗਤ ਤਾਂ ਕਹਿੰਦੇ ਸਾਡੇ ਵਰਗੇ ਧਰਮ ਨਾ ਹੋਣੇ ਆ, ਪਰ ਇੰਨਾ ਕਿਉਂ ਨਹੀਂ ਜਾਣਦੇ, ਕੰਮ ਤਾਂ ਕਰਮ ਹੀ ਆਉਣੇ ਆ, ਉਹ ਗੁਰੂ ਘਰਾਂ ਵਿੱਚ ਘੱਟ ਗਈ ਸੇਵਾ, ਬੀਜ਼ੀ ਰਹਿੰਦੇ ਨੇ, ਹੁਣ ਵਿੱਚ ਦਰਬਾਰੋਂ ਖੁਸ਼ੀਆਂ ਨਹੀਂ ਆ ਸੈਲਫੀ ਲੈਂਦੇ ਨੇ, ਹੁਣ ਵਿੱਚ ਦਰਬਾਰੋਂ ਖੁਸ਼ੀਆਂ ਨਹੀਂ ਆ ਸੈਲਫੀ ਲੈਂਦੇ ਨੇ। ਇਹਦਾ ਲਾਸਟ ਅੰਤਰ ਹੈ ਕਹਿੰਦਾ, ਉਹ ਬੜਿਆਂ ਕਹਿਣਾ ਚੰਗਾ ਬੜਿਆਂ ਕਹਿਣਾ ਮਾੜਾ ਏ, ਆ ਕਈਆਂ ਨੂੰ ਤਾਂ ਅੰਦਰੋਂ ਅੰਦਰ ਹੀ ਹੋਣਾ ਸਾੜਾ ਏ, ਉਹ ਹਰਮਨ ਕੋਟਲਾ ਲਿਖਣਾ ਸੱਚ ਨਾ ਕਰਦਾ ਬੰਦ ਕੁੜੇ, ਜੇ ਸੱਚ ਸੁਣਨਾ ਨਹੀਂ ਆਉਂਦਾ ਕੰਨਾਂ ਨੂੰ ਕਰ ਲਈ ਬੰਦ ਕੁੜੇ, ਜੇ ਸੱਚ ਸੁਣਨਾ ਨਹੀਂ ਆਉਂਦਾ ਕੰਨਾਂ ਨੂੰ ਕਰ ਲਈ ਬੰਦ ਕੁੜੇ। ਬਹੁਤ ਵਧੀਆ ਲਿਖਿਆ। ਪਰ ਉਦੋਂ ਕਾਸ਼ੀਨਾਥ ਦੇ ਨਾਲ ਗੱਲਬਾਤ ਹੋਈ ਸੀ ਜਦੋਂ ਕਾਸ਼ੀ ਕਹਿੰਦਾ ਸੀ ਵੀ ਆਪਾਂ ਦੋਵਾਂ ਨੇ ਇਕੱਠਿਆਂ ਲਿਖਿਆ, ਬਈ ਇਕੱਠਿਆਂ ਕਿਵੇਂ ਲਿਖਿਆ ਸੀ ਤੁਸੀਂ? ਬਾਈ ਜੀ, ਇਕੱਠਿਆਂ ਦੇ ਕਦੀ ਇੰਟਰਫੇਸ ਵੀ ਨਹੀਂ ਹੋਏ ਆਪਾਂ। ਚਲੋ ਉਹ ਗੱਲ ਵੱਖਰੀ, ਬਾਈ ਨੇ ਕਿਹਾ ਤਾਂ ਮੈਨੂੰ ਉਹਦੇ ਨਾਲ ਕੋਈ ਇੰਨਾ ਰੋਸ ਨਹੀਂ, ਪਰ ਮੈਨੂੰ ਇਸ ਚੀਜ਼ ਦਾ ਰੋਸ ਸੀਗਾ ਕਿ ਜਦੋਂ ਉਹਦੇ ਨਾਲ ਡੇਢ ਸਾਲ ਮੇਰੀ ਪਹਿਲਾਂ ਗੱਲ ਹੋਈ ਸੀ ਇਸ ਗਾਣੇ ਦੇ ਬਾਰੇ, ਤਾਂ ਉਸ ਨੇ ਮੈਨੂੰ ਇਹ ਕਿਹਾ ਸੀਗਾ ਵੀ ਮੈਂ ਤੇਰਾ ਗਾਣਾ ਜ਼ਰੂਰ ਗਾਊਂਗਾ ਪਰ ਮੈਂ ਤੇਰਾ ਨਾਂ ਨਹੀਂ ਵਿੱਚ ਲਊਂਗਾ। ਫਿਰ ਮੈਂ ਕਿਹਾ ਮੇਰਾ ਜੇ ਤੂੰ ਨਾਂ ਨਹੀਂ ਲੈਣਾ ਤਾਂ ਫਿਰ ਮੇਰਾ ਤਾਂ ਵਜੂਦ ਹੀ ਨਹੀਂ ਕੋਈ, ਹੈ ਨਾ, ਤੈਨੂੰ ਗਾਣਾ ਦੇਣ ਦਾ। ਮੈਂ ਕਿਹਾ ਰਹਿਣ ਦਿਓ, ਫਿਰ ਕੋਈ ਚੱਕਰ ਨਹੀਂ ਆ, ਤੁਸੀਂ ਗਾਣਾ ਨਹੀਂ ਕਰਨਾ। ਸਿੱਧੇ ਕਹਿ ਤਾ ਵੀ ਮੈਂ ਤਾਂ ਨਾਂ ਨਹੀਂ ਲੈਣਾ? ਨਹੀਂ, ਹਾਂ, ਇਹਦਾ ਸਿੱਧਾ ਗਿਆ ਉਹਨਾਂ ਨੇ, ਕਹਿੰਦੇ ਮੈਂ ਨਾਂ ਨਹੀਂ ਲੈਣਾ ਜਦੋਂ ਮੇਰੀ ਫੋਨ 'ਤੇ ਗੱਲ ਹੋਈ। ਹਾਂ,
ਨਾ ਨਾ ਪੈਸੇ ਵੱਲੋਂ ਵੀ ਨਹੀਂ ਕੋਈ ਗੱਲ ਕੀਤੀ, ਨਾ ਹੀ ਉਹਨਾਂ ਨੇ ਹੋਰ ਕੋਈ ਗੱਲ ਕੀਤੀ। ਕਹਿੰਦੇ ਵੀ ਸਿਰਫ ਤੁਹਾਡਾ ਨਾਂ ਨਹੀਂ ਲੈਣਾ ਆਪਾਂ, ਮਤਲਬ ਡਿਸਕ੍ਰਿਪਸ਼ਨ ਦੇ ਵਿੱਚ ਜੇ ਹੋਇਆ ਤਾਂ ਉੱਥੇ ਪਾ ਸਕਦੇ ਹਾਂ, ਉੱਦਾਂ ਨਹੀਂ ਪਾਉਣਾ। ਮੈਂ ਕਿਹਾ ਗਾਣੇ 'ਚ ਹੁਣ ਮੈਂ ਵੀ ਤਾਂ ਬੋਲਿਆ ਹੀ ਆਪਣੇ ਗਾਣੇ 'ਚ ਆਪਣਾ ਨਾਮ, ਅਤੇ ਮੈਂ ਕਿਹਾ ਇੱਦਾਂ ਫਿਰ ਵੀ ਗਾਇਕ ਗਾਉਂਦੇ ਆ, ਗੀਤਕਾਰਾਂ ਦੇ ਬੋਲਦੇ ਹੀ ਆ, ਬੋਲਦੇ ਹੀ ਆ। ਅਤੇ ਪਤਾ ਨਹੀਂ ਕੀ ਚੱਕਰ, ਮੈਨੂੰ ਤਾਂ ਖੁਦ ਨਹੀਂ ਵੀ ਗੀਤਕਾਰਾਂ ਦਾ ਐਡਾ ਕੀ ਮਤਲਬ, ਕਿਉਂਕਿ ਕੋਈ ਵੀ ਜੇ ਅਗਰ ਮਿਊਜ਼ਿਕ ਆਉਣਾ ਕੋਈ ਵੀ ਆ ਤਾਂ ਬੋਲ ਹੋਣਗੇ ਤਾਂ ਉਹਨਾਂ ਦੇ ਮਿਊਜ਼ਿਕ ਹੁੰਦਾ ਹੈ ਨਾ। ਫਸਟ ਆਸਕ ਤਾਂ ਜਿਹੜਾ ਜਿਹੜਾ ਬੱਚਾ ਜਿਹੜਾ ਮਾਂ ਜੰਮਦੀ ਆ ਉਸ ਤੋਂ ਬਾਅਦ ਹੀ ਅੱਗੇ ਪ੍ਰੋਸੈਸ ਚੱਲਦਾ ਨਾ, ਉਹ ਗੀਤਕਾਰ ਨੂੰ ਕਿਉਂ ਭੁੱਲਿਆ ਜਾਂਦਾ ਮੈਨੂੰ ਤਾਂ ਖੁਦ ਨਹੀਂ ਸਮਝ ਆਉਂਦੀ। ਮਤਲਬ ਕਿ ਜਿੰਨਾ ਵੀ ਕਾਸ਼ੀ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਉਹਦੇ ਵਿੱਚ ਗੀਤ ਜਿਹੜਾ ਸੁਣਾਇਆ ਸੀ ਉਹ ਹਰਮਨ ਕੋਟਲਾ ਦੇ ਨਾਲ ਤੁਹਾਡੇ ਨਾਲ ਜੋੜ ਕੇ, ਉਹਦੇ ਵਿੱਚ ਇੱਕ ਵੀ ਪੈਰਾ ਉਹਦਾ ਆਪਣਾ ਨਹੀਂ? ਉਹਨਾਂ ਦਾ ਇੱਕ ਪੈਰਾ ਵੀ ਉਹਨਾਂ ਦਾ ਆਪਣਾ ਨਹੀਂ ਹੈ। ਉਹਦੇ ਵਿੱਚ ਕੁਝ ਉਹਨਾਂ ਨੇ ਆਪਣੀ ਅਮੈਂਡਮੈਂਟ ਕੀਤੀ ਸੀ ਜਿਹੜੀ ਉਹਨਾਂ ਨੂੰ ਮੈਂ ਇਹ ਵੀ ਕਿਹਾ ਸੀ ਵੀ ਇਹ ਨਹੀਂ ਕਰਨੇ, ਜਿਹੜੀ ਉਹਨਾਂ ਨੇ ਕੁਝ ਮੇਰੇ ਹਿਸਾਬ ਨਾਲ ਅੰਗਾਰੀਆਂ ਵਾਲੀ ਕੋਈ ਗੱਲ ਕੀਤੀ ਸੀਗੀ, ਇੱਕ ਅੱਧਾ ਦੋ ਤਿੰਨ ਲਾਈਨਾਂ ਕੀਤੀ ਸੀਗੀ, ਜਿਹੜਾ ਨੈੱਟ ਸਲੋ ਨਹੀਂ ਜਰਦਾ ਉਹ ਵੀ ਮੇਰਾ ਹੀਗਾ ਅੰਤਰਾ ਸਾਰਾ। ਫਿਰ ਉਹਨਾਂ ਨੇ ਜਦੋਂ ਇੱਕ ਅੰਤਰਾ ਅਗਲਾ ਗਾਇਆ ਉਹਦੇ ਵਿੱਚ ਕਿਹਾ ਕਿ ਇਹ ਮੇਰੀ ਸੋਚਣੀ ਹੈ ਅਤੇ ਮੇਰੀ ਲਿਖਤ ਆ, ਫਿਰ ਉਹਨਾਂ ਨੇ ਉਹ ਅਗਲਾ ਅੰਤਰਾ ਸੈਲਫੀ ਵਾਲਾ ਸ਼ੁਰੂ ਕਰਤਾ। ਫਿਰ ਉਹ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਹੈ? ਹਾਂ, ਉਹਨਾਂ ਨਾਲ ਗੱਲ ਹੋਈ ਆ, ਕਹਿੰਦੇ ਸੀਗੇ ਚਲੋ ਕੋਈ ਗੱਲ ਨਹੀਂ, ਚਲੋ ਉਹਨਾਂ ਨਾਲ ਥੋੜ੍ਹਾ ਹੋ ਗਿਆ ਸੁਲਝ ਗਿਆ। ਮੈਂ ਉਹਨਾਂ ਨੂੰ ਕਿਹਾ ਸੀਗਾ, ਮੈਂ ਕਿਹਾ ਜਦੋਂ ਤੁਹਾਡੇ ਨਾਲ ਗੱਲ ਹੀ ਖਤਮ ਹੋ ਗਈ ਫਿਰ ਤੁਸੀਂ ਕਿਉਂ ਗਾਣਾ ਗਰ ਵੀਲ ਕੀਤਾ? ਮੈਂ ਕਿਹਾ ਸਾਡਾ ਇਹ ਤਾਂ ਗਾਣਾ ਪ੍ਰੋਫੈਸ਼ਨਲੀ ਆਉਣ ਲੱਗਾ, ਤੁਸੀਂ ਇੱਦਾਂ ਕਰਤਾ। ਫਿਰ ਕਹਿੰਦੇ ਫਿਰ ਤੁਹਾਨੂੰ ਪਤਾ ਹੀ ਆ ਸਾਰਾ ਵੀ ਕਿੱਦਾਂ ਕੀ ਰਿਸਪੋਂਸ ਹੁੰਦਾ ਅਗਲੇ ਬੰਦੇ ਦਾ। ਚਲੋ ਗਾ ਗਏ ਉਹ, ਅੱਗੋਂ ਹੁਣ ਉਹਨਾਂ ਦਾ ਕੀ ਰਿਐਕਸ਼ਨ ਰਹਿੰਦਾ ਇਹ ਵੀ ਦੇਖਣਾ ਸਾਨੂੰ ਲਾਜ਼ਮੀ ਰਹਿਣਾ, ਹੈ ਨਾ? ਕਿਉਂਕਿ ਤੁਹਾਡੇ ਇਲਜ਼ਾਮ ਹੈਗੇ ਆ ਵੀ ਇਹ ਸੀਗਾ, ਤੁਸੀਂ ਤਾਂ ਇੱਕ ਪ੍ਰੂਫ ਵੀ ਚਲੋ ਲੈ ਕੇ ਆਏ ਹੋਏ ਹੋ, ਪਰ ਮੇਰੇ ਹਿਸਾਬ ਦੇ ਨਾਲ ਜੇ ਤੁਹਾਡਾ ਸੱਚਮੁੱਚ ਐਵੇਂ ਕੀਤਾ, ਇੰਨੀਆਂ ਵਧੀਆ ਗੱਲਾਂ ਕਰ ਗਿਆ ਕਾਸ਼ੀ, ਇੰਨੀਆਂ ਵਧੀਆ, ਹੈ ਨਾ? ਸਾਰੀ ਇੰਟਰਵਿਊ ਤੁਸੀਂ ਦੇਖੀ ਹੋ ਗਏ ਹੋ, ਹੈ ਨਾ? ਪਰ ਫਿਰ ਲੋਕ ਇਹ ਕਹਿੰਦੇ ਆ ਵੀ ਯਾਰ ਲੋਕ ਬਸ ਸਿਰਫ ਗੱਲਾਂ ਦਾ ਹੀ ਕੜਾਹ ਬਣਾਉਂਦੇ ਨੇ ਵੀ ਅੰਦਰੋਂ ਕੁਝ ਬਾਹਰੋਂ ਕੁਝ ਵਾਲੀ ਗੱਲ ਹੋ ਜਾਂਦੀ, ਉਹੀ ਗੱਲ ਹੋ ਜਾਂਦੀ ਹੈ ਨਾ। ਫਿਰ ਆਪਾਂ ਕਿਤੇ ਬਹਿ ਕੇ ਕਿਸੇ ਨੂੰ ਚੈਲੰਜ ਨਹੀਂ ਨਾ ਕਰ ਸਕਦੇ, ਜੇ ਆਪਾਂ ਕੂੜ ਦੀਆਂ ਨੀਹਾਂ ਪਹਿਲਾਂ ਹੀ ਬਾਲੀਆਂ ਤਾਂ ਮੈਲ ਉਸਰ ਨਹੀਂ ਸਕਦਾ, ਫਿਰ ਉਹ ਮੈਲ ਉਸਰੂਗਾ ਹੀ ਨਹੀਂ, ਡਿੱਗ ਜੂਗਾ। ਜੇ ਉਸਰੂਗਾ ਵੀ ਉਸਰਨ ਵੀ ਲੱਗੂਗਾ ਡਿੱਗ ਜੂਗਾ। ਸਿੱਧੀ ਗੱਲ ਆ, ਸੱਚ ਦੱਸੋ ਯਾਰ, ਆਹ ਬੰਦੇ ਨੇ ਗਾਣਾ ਲਿਖਿਆ, ਜੇ ਮੈਂ ਐਜ਼ ਆ ਸਿੰਗਰ ਵਰਕ ਕਰੂੰਗਾ ਤਾਂ ਮੈਂ ਉਸ ਬੰਦੇ ਦਾ ਜੇ ਮੈਂ ਕਿਸੇ ਕੋਲੋਂ ਵੀ ਕੱਲ੍ਹ ਨੂੰ ਗਾਣਾ ਲੈਂਦਾ, ਜ਼ਰੂਰੀ ਨਹੀਂ ਜੇ ਮੈਂ ਅੱਜ ਲਿਖਦਾ ਮੈਂ ਕਿਸੇ ਹੋਰ ਕੋਲ ਲਿਖਾਰੀ ਕੋਲ ਗਾਣਾ ਲੈ ਲੈਂਦਾ, ਮੈਂ ਉਹਦਾ ਨਾਂ ਨਾ ਲਵਾਂ। ਮੈਂ ਜਗਤਾਰ ਕੋਟਲਾ ਜੀ ਦੇ ਗਾਉਣੇ ਆ ਗਾਣੇ, ਮੈਂ ਹੁਣ ਵੀ ਸੁਣਾਊਂਗਾ ਉਹਨਾਂ ਦਾ ਕੁਛ, ਪਰ ਅਗਰ ਮੈਂ ਉਹਨਾਂ ਦਾ ਨਾਂ ਨਾ ਲਵਾਂ ਤਾਂ ਉਹਨਾਂ ਨੂੰ ਠੇਸ ਪਹੁੰਚੂਗੀ, ਭਾਵੇਂ ਮੇਰੇ ਚਾਚਾ ਜੀ ਨੇ। ਜਿਹੜਾ ਜਿਹਦੀ ਸੋਚ ਆ ਉਹਨੂੰ ਉਸ ਦਾ ਹੱਕ ਮਿਲਣਾ ਚਾਹੀਦਾ। ਬਿਲਕੁਲ, ਇਸੇ ਕਰਕੇ ਸਾਡੇ ਮੈਂ ਕਹਿੰਦਾ ਵੀ ਸਾਡੇ ਗੀਤਕਾਰ ਪ੍ਰਮੋਟ ਨਹੀਂ ਹੋ ਸਕੇ, ਕਿਉਂਕਿ ਬਾਅਦ ਦੇ ਵਿੱਚ ਹੁਣ ਬਹੁਤ ਸਾਰੇ ਗੀਤਕਾਰ ਕੋਈ ਕਹਿ ਰਿਹਾ ਜੀ ਮੈਨੂੰ ਪੈਸੇ ਨਹੀਂ ਦਿੱਤੇ, ਕਈ ਹੈ ਨਾ ਵਧੀਆ ਗੱਲਾਂ, ਕਨਵਰ ਗਰੇਵਾਲ ਦੇ ਖਿਲਾਫ਼ ਵੀ ਆ ਗਿਆ ਜੀ ਉਹ ਇੱਕ ਗੀਤਕਾਰ, ਹੈ ਨਾ? ਸੋ ਇਸ ਤਰ੍ਹਾਂ ਉਹ ਰਸੂਲਪੁਰ ਸਾਹਿਬ ਆਏ ਸੀ ਜੀ, ਉਹ ਕਹਿੰਦੇ ਜੀ ਸਾਡੇ ਨਾਲ ਵੀ ਧੋਖਾ ਹੋਇਆ। ਮਤਲਬ ਕਿ ਬਹੁਤ ਸਾਰੇ ਹੈਗੇ ਨੇ, ਹੈ ਨਾ? ਸਹੀ ਗੱਲ ਆ, ਹੱਕ ਮਿਲਣਾ ਚਾਹੀਦਾ ਜਿਹਦਾ ਜਿਹਨੂੰ ਹੱਕ ਆ, ਜਿਹਦਾ ਹੱਕ ਆ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ। ਜੇ ਅੱਜ ਮੈਂ ਲਿਖਦਾ, ਮੈਂ ਉਹ ਇਸ ਗਾਣੇ ਨੂੰ 6 ਮਹੀਨੇ ਲਾਏ ਸੀਗੇ ਲਿਖਣ 'ਤੇ, ਇਸ ਲਈ 6 ਮਹੀਨੇ ਲਾਏ ਸੀਗੇ ਕਿ ਮੈਨੂੰ ਇਹ ਸੀਗਾ ਯਾਰ ਕਿ ਇੱਕ ਲਾਈਨ ਵੀ ਕਿਸੇ ਲਿਖਾਰੀ ਦੇ ਨਾਲ ਮਿਲ ਨਾ ਜਾਵੇ, ਅਤੇ ਜੇ ਮੈਂ ਜਿਹੜਾ ਵੀ ਅੰਤਰ ਇਹਦੇ ਵਿੱਚ ਗੱਲ ਕਰੂੰਗਾ ਉਹ ਟੋਟਲੀ ਹਟ ਕੇ ਹੋਵੇ, ਡਿਫਰੈਂਟ ਹੋਵੇ। ਹੁਣ ਕਿਹੜਾ ਲੋਕ ਤੱਥ ਸੁਣਾਉਣ ਲੱਗੇ ਤੁਸੀਂ? ਇੱਕ ਲੋਕ ਤੱਥ ਲਿਖਿਆ ਸੀਗਾ ਕੁਝ, ਉਹ ਵੀ ਅੱਜ ਦੀਆਂ ਗੱਲਾਂ, ਕਹਿੰਦਾ ਸਰਕਾਰੀ ਬੰਦੇ ਅੱਗੇ ਨਹੀਂ ਉਹ ਮੁੱਛ ਚੱਕੀ ਦੀ, ਲਾਇਸੈਂਸ ਬਿਨਾਂ ਕਦੇ ਨਹੀਂ ਉਹ ਗਹਿਣ ਰੱਖੀ ਦੀ, ਮਸ਼ੂਕ ਕੋਲੋਂ ਕਦੇ ਨਹੀਂ ਉਹ ਪੈਸੇ ਮੰਗੀ ਦੇ, ਉਹ ਆਹ ਜਾਣ ਦੇਣ ਭਾਵੇਂ ਲੱਖ ਤੰਗੀ ਦੇ, ਆਹ ਜਾਣ ਦੇਣ ਭਾਵੇਂ ਲੱਖ ਤੰਗੀ ਦੇ, ਹੋਕਾ ਦਾ ਪੀਣਾ ਜੂਸ ਰਹਿੜੀ ਤੋਂ ਨਾਰਾਂ ਦਾ, ਸਰਿਆਈ ਪਿਆਜ ਦੇ ਬਾਜ਼ਾਰਾਂ ਦਾ, ਮਾੜੇ ਫਲ ਨਾਲੋਂ ਚੰਗੀ ਖਾਣੀ ਰੇਤ ਜੀ,
ਅਮੁੱਖ ਹੋਇਆ ਪੈਸਾ ਤੇ ਮਖੌਲ ਸਿਹਤ ਜੀ, ਅਮੁੱਖ ਹੋਇਆ ਪੈਸਾ ਤੇ ਮਖੌਲ ਸਿਹਤ ਜੀ। ਉਹ ਕਿਸੇ ਦਾ ਵੀ ਕਦੇ ਨਹੀਂ ਉਹ ਫੋਨ ਫੜੀਦਾ, ਫੜੀਏ ਦੇ ਵਿੱਚ ਬਹੁਤਾ ਨਹੀਂ ਉਹ ਵੜੀਦਾ। ਔਖਾ ਹੁੰਦਾ ਲੱਭਣਾ ਗਵਾਚੀ ਚੀਜ਼ ਨੂੰ, ਦਿਲ ਵਿੱਚ ਮਾਰੀਏ ਕਦੇ ਨਾ ਰੀਝ ਨੂੰ, ਆ ਦਿਲ ਵਿੱਚ ਮਾਰੀਏ ਕਦੇ ਨਾ ਰੀਝ ਨੂੰ। ਉਹ ਜੱਚ ਗਈ ਜੇ ਗੱਲ ਫਿਰ ਮਾਰੋ ਤਾੜੀਆਂ, ਉਹ ਗੱਲਾਂ ਲਿਖੀਆਂ ਨੇ ਜੋਨੀ ਮਾੜੀਆਂ। ਹਰਮਨ ਕੋਟਲੇ ਦਾ ਲਿਖ ਗਿਆ ਏ, ਹੋਰਾਂ ਦਾ ਨਹੀਂ ਪਤਾ ਆਪ ਸਿੱਖ ਗਿਆ ਏ, ਹੋਰਾਂ ਦਾ ਨਹੀਂ ਪਤਾ ਆਪ ਸਿੱਖ ਗਿਆ ਏ। ਬਹੁਤ ਵਧੀਆ। ਬਹੁਤ ਘੱਟ ਹੁੰਦੇ ਨੇ ਅਜਿਹੇ, ਪਰ ਹੁਣ ਕੀ ਕਹੀਏ ਵੀ ਹਰਮਨ ਅੰਦਰੋਂ ਵੀ ਐਵੇਂ ਦਾ ਹੀ ਆ। ਕਾਸ਼ੀ ਨੇ ਤਾਂ ਇੰਨੀਆਂ ਵਧੀਆ ਗੱਲਾਂ ਕਰੀਆਂ ਸੀ, ਮੈਂ ਕਿਹਾ ਪਤਾ ਨਹੀਂ ਯਾਰ ਕਿੰਨੇ ਕੁ ਨੇੜੇ ਆ ਰੱਬ ਦੇ, ਪਰ ਬਾਅਦ ਦੇ ਵਿੱਚ ਤੁਸੀਂ ਆ ਕੇ ਇੱਥੇ ਪ੍ਰੂਫ ਦਿਖਾ ਰਹੇ ਹੋ। ਮੈਂ ਤੁਹਾਨੂੰ ਦੱਸਣ ਡਿਆ ਕਿ ਜੋ ਬੰਦੇ ਦੀ ਥਿੰਕਿੰਗ ਹੁੰਦੀ ਨਾ, ਬੰਦਾ ਉਹੀ ਲਿਖਦਾ। ਜਿੱਦਾਂ ਦਾ ਮੈਂ ਸੋਚੂੰਗਾ ਮੈਂ ਉੱਦਾਂ ਦਾ ਹੀ ਲਿਖਣਾ। ਜੇ ਮੈਂ ਅੱਜ ਕੁਝ ਗਲਤ ਸੋਚਣ ਲੱਗ ਗਿਆ ਨਾ ਵੀ ਹਾਂ ਯਾਰ ਮੇਰਾ ਇੱਧਰਲੇ ਬੰਨੇ ਰੁਝਾਨ ਆ, ਮੈਂ ਕੁਝ ਗਲਤ ਲਿਖਣਾ ਸ਼ੁਰੂ ਕਰਦਾ ਜਾਂ ਇੱਦਾਂ। ਜ਼ਰੂਰੀ ਆ ਕਮਰਸ਼ੀਅਲ ਲਿਖੋ, ਪਰ ਇੱਕ ਦਾਇਰੇ 'ਚ ਰਹਿ ਕੇ ਲਿਖੋ, ਠੀਕ ਆ। ਜ਼ਰੂਰੀ ਆ ਕਿ ਗੀਤਕਾਰ ਅੱਜ ਕਹਿੰਦਾ ਕਿ ਮੈਨੂੰ ਮੇਰੇ ਲਿਖੇ ਗੀਤ ਦਾ ਹੱਕ ਨਹੀਂ ਮਿਲਦਾ, ਜਾਂ ਮੈਨੂੰ ਉਸ ਬੰਨੇ ਜਾਣਾ ਪੈਂਦਾ ਜਿਸ ਬੰਨੇ ਆਡੀਅੰਸ ਜ਼ਿਆਦਾ ਸਪੋਰਟ ਕਰਦੀ ਆ। ਅਤੇ ਮੈਨੂੰ ਲੱਗਦਾ ਕਿ ਆਡੀਅੰਸ ਜ਼ਿਆਦਾ ਸਿਆਣੀ ਆ ਸਾਡੇ ਨਾਲੋਂ ਜਿਹੜੀ ਸੁਣਦੀ ਆ, ਪਰ ਹਾਂ ਇੱਕ ਦਾਇਰੇ ਦੇ ਵਿੱਚ ਰਹਿ ਕੇ ਕਰਾਂਗੇ ਉਹ ਸਭ ਤੋਂ ਵਧੀਆ। ਮੈਂ ਕਿਸੇ ਸਿੰਗਰ ਨੂੰ ਮਾੜਾ ਨਹੀਂ ਕਹਿ ਸਕਦਾ, ਪਰ ਹਰ ਕੋਈ ਆਪੋ ਆਪਣਾ ਵਧੀਆ ਕਰਦਾ, ਅਤੇ ਇਸ ਕਰਕੇ ਇੱਕ ਦਾਇਰੇ ਦੇ ਵਿੱਚ ਰਹਿ ਕੇ ਹਰ ਕੋਈ ਚੀਜ਼ ਨੂੰ ਕਰਨਾ ਚਾਹੀਦਾ। ਜ਼ਰੂਰੀ ਆ ਨਖਰਾ ਵੀ ਦਿਖਾਉਣਾ ਜ਼ਰੂਰੀ ਆ ਥੋੜ੍ਹੀ, ਕਿਉਂਕਿ ਅਣਖ ਵੀ ਦਿਖਾਉਣੀ ਜ਼ਰੂਰੀ ਆ, ਕਿਉਂਕਿ ਸਾਡੀ ਪੰਜਾਬੀਆਂ ਦੇ ਹਿੱਸੇ ਹੀ ਉਹ ਚੀਜ਼ਾਂ ਆਈਆਂ ਨੇ, ਅਣਖ ਸਾਰਾ ਕੁਝ ਦਿਖਾਉਣਾ ਜ਼ਰੂਰੀ ਆ, ਪਰ ਇੱਕ ਦਾਇਰੇ 'ਚ ਰਹਿ ਕੇ। ਇਹ ਥੋੜ੍ਹੀ ਨਾ ਕਿ ਆਪਾਂ ਫਿਰ ਇੱਕ ਯੂਥ ਦੀ ਮਾਨਸਿਕਤਾ ਹੀ ਉਹ ਕਰਦੀ ਹੈ ਵੀ ਜਦੋਂ ਪ੍ਰੇਅਰ ਦੇ ਵਿੱਚ ਵੀ ਖਰੋਤੇ ਹੋਣ ਅਤੇ ਨਕਲੀ ਅਸਲਾ ਲੈ ਕੇ ਪਿੱਛੇ ਦੱਬ ਚੜਾਇਆ ਹੋਵੇ, ਫਿਰ ਮਾਨਸਿਕਤਾ ਨਾਲ ਉੱਧਰ ਜਾਵੇ, ਫਿਰ ਉਹਨੂੰ ਗਾਣੇ ਨੂੰ ਉਸ ਦੇ ਤਰ੍ਹਾਂ ਹੀ ਰੱਖਿਆ ਜਾਵੇ ਜਿੱਦਾਂ ਗਾਣਾ ਉਹਨੂੰ ਗਾਣਾ ਹੀ ਰਹਿਣ ਦਿੱਤਾ ਜਾਵੇ। ਇੱਕ ਗੀਤਕਾਰ ਹੋਣ ਦੇ ਨਾਤੇ ਤੁਸੀਂ ਕੀ ਸਮਝਦੇ ਹੋ ਬਈ ਗੀਤ ਦਾ ਅਸਰ ਸਮਾਜ ਦੇ ਉੱਤੇ, ਸਮਾਜ ਦੇ ਲੋਕਾਂ ਦੇ ਉੱਤੇ ਪੈਂਦਾ ਕੀ ਜਾਂ ਫਿਰ ਇੰਜੋਏ ਦੇ ਲਈ ਲਿਖੇ ਜਾਂਦੇ ਆ? ਗੀਤਕਾਰ ਤਾਂ ਇਹੀ ਕਹੀ ਜਾਂਦੇ, ਮੈਂ ਤਾਂ ਹਰੇਕ ਨੂੰ ਪੁੱਛਦਾ ਹੁੰਦਾ ਵੀ ਇਹ ਤੁਹਾਨੂੰ ਕਿਵੇਂ ਲੱਗਦਾ ਬਈ ਇੱਕ ਗੀਤਕਾਰ ਦੇ ਤੌਰ 'ਤੇ ਤੁਸੀਂ ਕੀ ਸੋਚਦੇ ਹੋ? ਜੇ ਹਥਿਆਰ ਦੇ ਉੱਤੇ ਲਿਖਦੇ ਹੋ ਤਾਂ ਕੀ ਹਥਿਆਰ ਚੁੱਕਦੇ ਨੇ ਨੌਜਵਾਨ, ਨਸ਼ੇ ਦੇ ਉੱਤੇ ਲਿਖਦੇ ਨਸ਼ੇ ਪੀਂਦੇ ਨੇ? ਮੈਂ ਜੋ ਸੋਚਦਾ ਨਾ, ਅੱਜ ਤੋਂ ਮੈਂ 8 ਸਾਲ ਪਹਿਲਾਂ ਜਿਹੜੇ ਗੀਤ ਸੁਣਦਾ ਸੀ ਨਾ, ਉਹਨਾਂ 'ਚ ਪਹਿਰਾਵਾ ਦੇਖਿਓ ਕੁਝ ਹੋਰ ਹੁੰਦਾ ਸੀਗਾ, ਉਹਨਾਂ 'ਚ ਪਹਿਰਾਵਾ ਕੁਝ ਹੋਰ ਹੁੰਦਾ ਸੀਗਾ। ਹੁਣ ਪਹਿਰਾਵਾ ਕਿਹੜੀਆਂ ਚੀਜ਼ਾਂ ਨੇ ਚੇਂਜ ਕਰਤਾ, ਕਿਉਂਕਿ ਰਿਵੀਲ ਹੋਣ ਡੈ ਪਈਆਂ ਚੀਜ਼ਾਂ ਵੀ ਇੱਦਾਂ ਦਾ ਪਹਿਰਾਵਾ ਵੀ ਹੈਗਾ ਜੋ ਟੀਵੀ 'ਤੇ ਅਸੀਂ ਦੇਖਣ ਡੈ ਪਏ, ਠੀਕ ਆ। ਉਹ ਫਿਰ ਹੌਲੀ ਹੌਲੀ ਉਸ ਚੀਜ਼ ਵੱਲ ਦੁਨੀਆ ਚੱਲ ਗਈ, ਉਹ ਜਦੋਂ ਉਸ ਚੀਜ਼ ਨੂੰ ਦੁਨੀਆ ਨੇ ਅਪਣਾ ਲਿਆ, ਫਿਰ ਉਹ ਜਦੋਂ ਹੁਣ ਚੰਗਾ ਸੁਣਦੀ ਆ ਉਹ ਸਹੀ ਨਹੀਂ ਲੱਗਦਾ ਉਹਨਾਂ ਨੂੰ। ਜੇ ਅੱਜ ਮੈਂ ਕੁੜਤੇ ਪਜਾਮੇ ਵਾਲਾ ਜਾਂ ਚਾਦਰੇ ਵਾਲਾ ਗਾਣਾ ਸੁਣਾ ਦੂੰਗਾ ਤਾਂ ਅੱਜ ਤਾਂ ਲਾਇਆ ਹੀ ਕਿਸੇ ਨੇ ਨਹੀਂ, ਠੀਕ ਹੈ ਨਾ। ਉਹ ਇਸ ਚੀਜ਼ ਤੋਂ ਹੋ ਗਿਆ ਵੀ ਯਾਰ ਹਾਂ ਗਾਣੇ ਸੁਣ ਸੁਣ ਕੇ ਉਸ ਤਰ੍ਹਾਂ ਦਾ ਉਹਨੂੰ ਫੋਲੋ ਕਰ ਲਿਆ, ਉਸ ਤਰ੍ਹਾਂ ਦਾ ਆਪਣਾ ਰਹਿਣ ਸਟਾਈਲ ਬਣਾ ਲਿਆ। ਮੈਂ ਇਹ ਕਹਿੰਦਾ ਕਿ ਜਿਹੜੇ ਗਾਣੇ ਡੀਪ ਜਾਣ ਵਾਲੇ ਆ ਉਹਨਾਂ ਦੇ ਡੀਪ ਜਾਇਆ ਕਰੋ, ਪਰ ਜਿਹੜੇ ਨਹੀਂ ਆ ਉਹਨੂੰ ਐਜ਼ ਆ ਇੰਜੋਇਮੈਂਟ ਸੋਰਸ ਲੈ ਲਓ। ਤੁਸੀਂ ਕਿਸੇ ਨੂੰ ਕਿਉਂ ਬਲੇਮ ਕਰਦੇ ਜੇ? ਤੁਹਾਡੀ ਆਪਣੀ ਸੋਚ ਆ ਨਾ, ਤੁਹਾਡੀ ਆਪਣੀ ਮੱਤ ਆ, ਜਿਸ ਤਰ੍ਹਾਂ ਤੁਹਾਡੀ ਆਪਣੀ ਮੱਤ ਹੈ ਆਪਣੇ ਅਕੋਰਡਿੰਗ ਚੱਲੋ, ਕਿਉਂ ਕਿਸੇ ਦੀ ਮੱਤ ਨੂੰ ਲੈ ਕੇ ਤੁਸੀਂ ਉਹਨੂੰ ਫੋਲੋ ਕਰਦੇ ਜੇ? ਜਿਹੜੀ ਚੀਜ਼ ਸਹੀ ਲੱਗਦੀ ਉਹਨੂੰ ਫੋਲੋ ਕਰੋ, ਜਿਹੜੀ ਨਹੀਂ ਲੱਗਦੀ ਨਾ ਕਰੋ, ਸਭ ਸਹੀ ਹੋ ਜੂਗਾ। ਕਿਤੇ ਹੁਣ ਤਾਂ ਜਿਵੇਂ ਤੁਸੀਂ ਕਾਸ਼ੀ ਦੀਆਂ ਗੱਲਾਂ ਬੜੀਆਂ ਵਧੀਆ ਸੀ, ਮੈਨੂੰ ਵਧੀਆ ਲੱਗਿਆ, ਤੁਸੀਂ ਆ ਗਏ ਹੋ ਵੀ ਉਹਨਾਂ ਤਾਂ ਮੇਰੇ ਗਾਤੇ। ਹੁਣ ਕਿਤੇ ਹਰਮਨ ਕੋਟਲਾ ਦੇ ਗੀਤ ਸੁਣ ਕੇ ਜਾਂ ਗੱਲਾਂ ਸੁਣ ਕੇ ਕੋਈ ਇਹ ਤਾਂ ਨਹੀਂ ਕਹਿ ਦੂੰਗਾ ਜੀ ਮੇਰੇ ਕੋਲੋਂ ਆ ਗਿਆ ਉਹ, ਮੇਰਾ ਹੁਣ ਕ੍ਰੈਡਿਟ ਨਹੀਂ ਉਹਨਾਂ ਨੇ। ਮੈਂ ਤੁਹਾਨੂੰ ਦਿਖਾਉਂਦਾ ਇੱਥੇ ਨਾ, ਮੈਂ ਇਸੇ ਕਰਕੇ ਪ੍ਰੂਫ ਲਿਆ ਸੀਗਾ, ਮੇਰੇ ਕੋਲ ਘੱਟੋ ਘੱਟ ਵੀ ਨਾ ਇਸ ਵਕਤ ਜਿਹੜੇ ਰਜਿਸਟਰ ਗਾਣੇ ਪਏ ਆ ਘੱਟੋ ਘੱਟ ਤਕਰੀਬਨ ਕਿ 20-22 ਗਾਣੇ ਰਜਿਸਟਰ ਪਏ ਆ, ਅਤੇ ਇਹਨਾਂ ਵਿੱਚੋਂ ਕੁਝ ਗਾਣੇ ਮੇਰੇ ਆ ਵੀ ਰਹੇ ਆ, ਠੀਕ ਹੈ ਨਾ। ਅਤੇ ਮੈਂ ਉਸ ਤਰ੍ਹਾਂ ਦਾ ਬੰਦਾ ਨਹੀਂ ਕਿ ਮੈਂ ਕਿਸੇ ਦੀ ਚੀਜ਼ ਗਾਵਾਂ ਜਾਂ ਕਰਾਂ,
ਮੈਂ ਜਦ ਤੱਕ ਵੀ ਕ੍ਰੈਡਿਟ ਦੇ ਹਾਂ ਕ੍ਰੈਡਿਟ ਦਊਂਗਾ ਮੈਂ ਹੁਣ ਜੇ ਆਪਣੇ ਚਾਚੇ ਦੀਆਂ ਲਿਖਤਾਂ ਕਹੂੰਗਾ ਤਾਂ ਕ੍ਰੈਡਿਟ ਦਊਂਗਾ ਉਹਨਾਂ ਦਾ ਇੱਕ ਗਾਣਾ ਜਦੋਂ ਮੈਂ ਸੁਣਿਆ ਸੀਗਾ ਤਾਂ ਮੇਰੇ ਖੁਦ ਦੇ ਲੂਈ ਗੰਢੇ ਖੜੇ ਹੋ ਗਈ ਜਦੋਂ ਸੁਣਿਆ ਤਾਂ ਮੈਨੂੰ ਲੱਗਦਾ ਸੀ ਵੀ ਹਾਂ ਯਾਰ ਬੜੀ ਉਹਨਾਂ ਨੇ ਸੋਹਣੀ ਗੱਲ ਕੀਤੀ ਉਹਦੇ ਵਿੱਚ ਆਪਣੇ ਪਿੰਡ ਦੀ ਨੁਹਾਰ ਦੱਸੀ ਜਗਤਾਰ ਕੋਟਲਾ ਉਹਨਾਂ ਦਾ ਮੇਰੇ ਪਿੰਡ ਦੇ ਨਜ਼ਾਰੇ ਮੈਨੂੰ ਲੱਗਦੇ ਪਿਆਰੇ ਉਹ ਤੇਰੇ ਸ਼ਹਿਰ ਜਾ ਕੇ ਹੋ ਜੇ ਬੀਪੀ ਲਹੋ ਗੋਰੀਏ ਸ਼ਹਿਰ ਜਾ ਕੇ ਹੋ ਜੇ ਬੀਪੀ ਲਹੋ ਗੋਰੀਏ ਮੇਰੇ ਪਿੰਡ ਚੜ੍ਹੇ ਜਿਹੜੀ ਰੰਗਲੀ ਸਵੇਰ ਤੇਰੇ ਸ਼ਹਿਰ ਵਿੱਚ ਲੱਭਦੀ ਨਹੀਂ ਉਹ ਗੋਰੀਏ ਉਹ ਮੇਰੇ ਪਿੰਡ ਦੇ ਨਜ਼ਾਰੇ ਮੈਨੂੰ ਲੱਗਦੇ ਪਿਆਰੇ ਉਹ ਪਿੰਡ ਵਿੱਚ ਮਾਂ ਏ ਅਤੇ ਮਾਂ ਦੀ ਜ਼ਮੀਨ ਹੈ ਸਾਹੂ ਜਈ ਭਾਬੀ ਵੀਰਾ ਰੱਜ ਕੇ ਸ਼ਕੀਨ ਹੈ ਉਹ ਰੱਖੂ ਰਾਜਿਆਂ ਦੇ ਵਾਂਗੂ ਮੇਰਾ ਪਿਓ ਗੋਰੀਏ ਰਾਜਿਆਂ ਦੇ ਵਾਂਗੂ ਮੇਰਾ ਪਿਓ ਗੋਰੀਏ ਮੇਰੇ ਪਿੰਡ ਚੜ੍ਹੇ ਜਿਹੜੀ ਰੰਗਲੀ ਸਵੇਰ ਤੇਰੇ ਸ਼ਹਿਰ ਵਿੱਚ ਲੱਭਦੀ ਨਹੀਂ ਉਹ ਗੋਰੀਏ ਉਹ ਮੇਰੇ ਪਿੰਡ ਦੇ ਨਜ਼ਾਰੇ ਮੈਨੂੰ ਲੱਗਦੇ ਪਿਆਰੇ ਉਹ ਆਂਢ ਤੇ ਗਵਾਂਢ ਸਾਰਾ ਪੁੱਤਾਂ ਵਾਂਗੂ ਜਾਣਦਾ ਜਗਤਾਰ ਕੋਟਲੇ ਦੇ ਵਿੱਚ ਮੌਜਾਂ ਮਾਣਦਾ ਉਹ ਕਿਵੇਂ ਘਰ ਤੋਂ ਮੈਂ ਦੂਰ ਜਾਵਾਂ ਹੋ ਗੋਰੀਏ ਘਰ ਤੋਂ ਮੈਂ ਦੂਰ ਜਾਵਾਂ ਹੋ ਗੋਰੀਏ ਮੇਰੇ ਪਿੰਡ ਚੜ੍ਹੇ ਜਿਹੜੀ ਰੰਗਲੀ ਸਵੇਰ ਤੇਰੇ ਸ਼ਹਿਰ ਵਿੱਚ ਲੱਭਦੀ ਨਹੀਂ ਉਹ ਗੋਰੀਏ ਉਹ ਮੇਰੇ ਪਿੰਡ ਦੇ ਨਜ਼ਾਰੇ ਮੈਨੂੰ ਲੱਗਦੇ ਪਿਆਰੇ ਕੀ ਕਰਦੇ ਨੇ ਜਗਤਾਰ ਕੋਟਲਾ ਜਗਤਾਰ ਕੋਟਲਾ ਜੀ ਆਰਮੀ ਦੇ ਵਿੱਚ ਨੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੇ ਬੜੀ ਨੇੜਿਓਂ ਉਹ ਚੀਜ਼ਾਂ ਦੇਖੀਆਂ ਜੋ ਉਹ ਲਿਖਦੇ ਆ ਬਹੁਤ ਨੇੜਿਓਂ ਤਾਂ ਮੈਂ ਕੁਝ ਵੀ ਲਿਖਦਾ ਮੈਂ ਕੁਝ ਵੀ ਅੱਜ ਦਾ ਕਾਸ਼ੀ ਦਾ ਗਾਣਾ ਸੀਗਾ ਇਹਨਾਂ ਨਾਲ ਵੀ ਗੱਲ ਉਹਨਾਂ ਦੀ ਹੋਈ ਸੀਗੀ ਕਹਿੰਦੇ ਵੀ ਜਦੋਂ ਹਰਮਨ ਨੇ ਗਾਣਾ ਲਿਖਿਆ ਉਹਦਾ ਫਸਟ ਆਸਕ ਇਹ ਹੁੰਦਾ ਉਹਨੇ ਪਹਿਲਾਂ ਮੈਨੂੰ ਸੁਣਾਉਣਾ ਹੁੰਦਾ ਮੈਂ 12 ਅੰਤਰੇ ਲਿਖੇਗੀ ਮੈਂ 12 ਹੀ ਉਹਨਾਂ ਨੂੰ ਸੁਣਾਏ ਸੀਗੇ ਤਾਂ ਉਹਨਾਂ ਨੂੰ 12 ਅੰਤਰੇ ਸੁਣਾਏ ਅਤੇ ਜਦੋਂ ਉਹ ਫਾਈਨਲਾਈਜ਼ ਕਰ ਦੇਣਾ ਵੀ ਹਾਂ ਹਰਮਨ ਆਹ ਚੀਜ਼ ਬੜੀ ਸੋਹਣੀ ਹੈ ਫਿਰ ਹਰਮਨ ਅੱਗੇ ਕਿਸੇ ਨੂੰ ਸੁਣਾਉਂਦਾ ਮਤਲਬ ਅਤੇ ਮੈਨੂੰ ਮੇਰੇ ਹਿਸਾਬ ਨਾਲ ਜੇ ਮੈਂ ਥੋੜ੍ਹਾ ਇੱਥੇ ਬੈਠਾਂ ਤਾਂ ਸ਼ਾਇਦ ਜਗਤਾਰ ਕੋਟਲਾ ਜੀ ਕਰਕੇ ਹਾਂ ਮਤਲਬ ਕਿਉਂਕਿ ਜਿੱਦਾਂ ਉਹ ਲਿਖਦੇ ਸੀਗੇ ਮੈਂ ਥੋੜ੍ਹਾ ਉਹਨਾਂ ਨੂੰ ਵੇਖ ਵੇਖ ਕੇ ਥੋੜ੍ਹਾ ਲਿਖਣਾ ਸ਼ੁਰੂ ਕਰਤਾ ਅਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਇੱਥੇ ਤੱਕ ਆ ਗਏ ਹਾਂ ਬਹਿ ਗਏ ਹਾਂ ਪ੍ਰੋਫੈਸ਼ਨ ਅੱਗੇ ਭਵਿੱਖ ਕੀ ਦੇਖਦੇ ਹੋ ਗੀਤਕਾਰੀ ਦੇ ਵਿੱਚ ਗਾਇਕੀ ਹੀ ਵਿੱਚ ਜਾਣਾ ਹੈ ਜਾਂ ਫਿਰ ਤੁਸੀਂ ਜੋ ਪੜ੍ਹਾਈ ਕਰ ਰਹੇ ਹੋ ਫਿਲਹਾਲ ਤਾਂ ਪੜ੍ਹਾਈ ਚੱਲਦੀ ਪਈ ਆ ਉਹਨੂੰ ਕੰਪਲੀਟ ਕਰਨਾ ਫਸਟ ਟਾਸਕ ਮੇਰਾ ਇਹੀ ਹੈ ਕੰਪਲੀਟ ਕਰਨਾ ਨਾਲ ਨਾਲ ਇਸ ਚੀਜ਼ ਨੂੰ ਜਾਰੀ ਰੱਖਣਾ ਬਾਕੀ ਜਦੋਂ ਮਾਲਕ ਨੇ ਬਾਂਹ ਫੜ ਲਈ ਉਦੋਂ ਪ੍ਰੋਫੈਸ਼ਨਲੀ ਵੀ ਆ ਜਾਵਾਂਗੇ ਠੀਕ ਹੈ ਨਾ ਕੁਛ ਮਾਤਾ ਪਿਤਾ ਦੇ ਉੱਤੇ ਜਾਂ ਕੋਈ ਹੋਰ ਰਿਸ਼ਤਿਆਂ ਬਾਰੇ ਕੋਈ ਗੀਤ ਲਿਖਿਆ ਕੋਈ ਮੈਂ ਆਪਣੇ ਫਾਦਰ ਸਾਹਿਬ ਬਾਰੇ ਲਿਖਿਆ ਸੀ ਇਹ ਗੀਤ ਕਿਉਂਕਿ ਮੈਨੂੰ ਲੱਗਦਾ ਕਿ ਮਾਵਾਂ ਬਾਰੇ ਬਹੁਤ ਜ਼ਿਕਰ ਹੋ ਗਿਆ ਬਹੁਤ ਜ਼ਿਕਰ ਹੋ ਗਿਆ ਅਤੇ ਫਾਦਰ ਸਾਹਿਬ 'ਤੇ ਲਿਖਿਆ ਸੀਗਾ ਹੁਣ ਨਿੱਗ ਦੇ ਨਾ ਏ ਸਿਆਲਾਂ ਵਿੱਚ ਸੂਰਜਾਂ ਦੇ ਨਾਲ ਦਾ ਉਹ ਜੇਠ ਹਾੜ ਵਿੱਚ ਠੰਡਾ ਏ ਤੂੰ ਬੋੜ ਨਾਲ ਦਾ ਪਿਆਸੇ ਲਈ ਤੂੰ ਬਣਿਆ ਏ ਪਾਣੀ ਬਾਪੂ ਆਏ ਕਿੱਥੇ ਮੋੜ ਦੂੰ ਕਰਜ਼ ਤੇਰੀ ਹੱਲਾ ਸ਼ੇਰੀ ਦਾ ਉਹ ਬਾਪੂ ਸਫਿਆਂ ਨੂੰ ਭਰਾਂ ਲਿਖ ਸਿਫਤਾਂ ਮੈਂ ਤੇਰੀਆਂ ਸਿੱਕਾ ਮੁੱਕੇ ਨਾ ਚਲਾਉਂਦਿਆਂ ਕਲਮ ਮੇਰੀ ਦਾ ਉਹ ਬਾਪੂ ਸਫਿਆਂ ਨੂੰ ਭਰਾਂ ਲਿਖ ਸਿਫਤਾਂ ਮੈਂ ਤੇਰੀਆਂ ਉਹ ਸਿੱਕਾ ਮੁੱਕੇ ਨਾ ਚਲਾਉਂਦਿਆਂ ਕਲਮ ਮੇਰੀ ਦਾ ਠੀਕ ਹੈ ਜੀ ਮਤਲਬ ਉਹ ਇੱਕ ਸੂਰਜਾਂ ਦੇ ਵਾਂਗੂ ਉਹਨੂੰ ਮੈਂ ਆਪਣੇ ਬਾਪ ਨੂੰ ਮੰਨਦਾ ਕਿ ਜੋ ਵੀ ਅੱਜ ਤੱਕ ਜਿੱਥੇ ਵੀ ਫਿਰਦੇ ਹਾਂ ਆਪਣੇ ਮਾਂ ਪਿਓ ਕਰਕੇ ਫਿਰਦੇ ਹਾਂ
ਤੇ ਇਹ ਗੀਤ ਤੁਹਾਡੇ ਤੁਸੀਂ ਆਪਣੇ ਬਾਪੂ ਤੇ ਲਿਖਿਆ, ਕਈਆਂ ਦੇ ਤੇ ਢੁੱਕ ਗਿਆ ਹੋਊਗਾ? ਮੈਨੂੰ ਲੱਗਦਾ ਜ਼ਰੂਰ ਹਰ ਬੰਦੇ 'ਤੇ ਢੁੱਕਦਾ ਇਹ ਗੀਤ, ਕਿਉਂਕਿ ਮਾਂ ਪਿਓ ਹੁੰਦੇ ਹੀ ਸੂਰਜਾਂ ਨਾਲ ਦੇ ਆ, ਬੋੜਾਂ ਨਾਲ ਦੇ ਆ, ਠੰਡੀਆਂ ਜਦੋਂ ਠੰਡੀਆਂ ਹਵਾਵਾਂ ਦੀ ਲੋੜ ਹੁੰਦੀ ਉਦੋਂ ਬੋੜ ਬਣ ਜਾਂਦੇ ਆ। ਜਿਹੜਾ ਆਪਣੇ ਮਾਂ ਬਾਪ ਨੂੰ ਪਿਆਰ ਕਰਦਾ, ਸਤਿਕਾਰ ਕਰਦਾ, ਉਹਨਾਂ ਦੇ ਹੱਥ 'ਤੇ ਢੁੱਕਦਾ, ਕਿਉਂਕਿ ਜ਼ਿਆਦਾਤਰ ਨੌਜਵਾਨ ਹੁਣ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ। ਹਰਮਨ ਤਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਲੈਂਦਾ? ਨਹੀਂ ਨਹੀਂ ਨਹੀਂ, ਨਸ਼ਾ ਨਹੀਂ ਅੱਜ ਤੱਕ ਕੀਤਾ। ਚਲੋ ਪਰਿਵਾਰ ਦੇ ਵਿੱਚ ਕੋਈ ਨਾ? ਪਰਿਵਾਰ ਦੇ ਵਿੱਚ ਵੀ ਨਹੀਂ ਕਿਸੇ ਨੇ ਕੀਤਾ ਕਦੀ। ਚਲੋ ਮਹਾਰਾਜ ਦੀ ਇੰਨੀ ਕਿਰਪਾ ਆ ਵੀ ਫਾਦਰ ਸਾਹਿਬ ਪੰਜਾਬ ਪੁਲਿਸ ਨੇ, ਪਰ ਬੜਾ ਵਧੀਆ ਸਭ ਕੁਝ, ਮਤਲਬ ਕਿ ਪੰਜਾਬ ਪੁਲਿਸ ਤਾਂ ਬਹੁਤ ਬਦਨਾਮ ਹੈ। ਉਹੀ ਮੈਂ ਤੁਹਾਨੂੰ ਗੱਲ ਦੱਸਦਾ ਨਾ, ਕਹਿੰਦਾ ਹੱਕ ਲਈ ਜੋ ਖੜਦੇ ਉਹ ਬਣ ਗਏ ਮਜ਼ਾਕ ਨੇ, ਵੱਡਿਆਂ ਨੂੰ ਛੱਡੋ ਗੱਲਾਂ ਕਰਦੇ ਜਵਾਕ ਨੇ, ਥੋੜ੍ਹੇ ਬਹੁਤੇ ਹੋਣਗੇ ਮੈਂ ਜਾਣਦਾ ਨਹੀਂ ਬਹੁਤਾ, ਇੰਨਾ ਵੀ ਨਹੀਂ ਮਹਿਕਮਾਂ ਖਰਾਬ ਮਿੱਤਰੋ, ਆ ਹੁਕਮਾਂ ਦੇ ਬੰਨੇ ਫਸ ਗਏ ਸਾਰੇ ਨੇ, ਉਂਝ ਮਾੜੀ ਨਹੀਂ ਉਹ ਪੁਲਿਸ ਪੰਜਾਬ ਮਿੱਤਰੋ, ਆ ਹੁਕਮਾਂ ਦੇ ਬੰਨੇ ਫਸ ਗਏ ਸਾਰੇ ਨੇ, ਉਂਝ ਮਾੜੀ ਨਹੀਂ ਉਹ ਪੁਲਿਸ ਪੰਜਾਬ ਮਿੱਤਰੋ। ਉਹ ਹਰਮਨ ਕੋਟਲੇ ਨੇ ਇਹ ਸਭ ਵੇਖਿਆ, ਕਿਉਂਕਿ ਉਹਦਾ ਬਾਪੂ ਇਸ ਮਹਿਕਮੇ ਦੇ ਵਿੱਚ ਆ, ਸਾਡੇ ਢਿੱਡ ਪਾਲਣੇ ਲਈ ਬਦਨਾਮ ਹੋ ਗਏ, ਇਹ ਉਹਨਾਂ ਸਿਰ ਕਰਦੇ ਆ ਰਾਜ ਮਿੱਤਰੋ, ਹੁਕਮਾਂ ਦੇ ਬੰਨੇ ਫਸ ਗਏ ਸਾਰੇ ਨੇ, ਉਂਝ ਮਾੜੀ ਨਹੀਂ ਉਹ ਪੁਲਿਸ ਪੰਜਾਬ ਮਿੱਤਰੋ। ਕਿਉਂਕਿ ਉਹਨਾਂ ਨੂੰ ਮੇਰੇ ਹਿਸਾਬ ਨਾਲ ਉੱਤੋਂ ਵੀ ਪ੍ਰੈਸ਼ਰ, ਥੱਲਿਓਂ ਵੀ ਪ੍ਰੈਸ਼ਰ, ਅਤੇ ਫਿਰ ਤੁਹਾਨੂੰ ਪਤਾ ਉੱਤੋਂ ਥੱਲਿਓਂ ਪ੍ਰੈਸ਼ਰ ਹੋਵੇ ਤਾਂ ਬੰਦਾ ਪ੍ਰੈਸ਼ਰ ਦੇ ਅੰਡਰ ਫਿਰ ਕੁਛ ਗਲਤ ਹੈ, ਜੇ ਕੁਛ ਕਹਿ ਦੇਵੇ ਕੋਈ ਵੀ ਐਵੇਂ ਕਰ ਦਿਓ ਫਿਰ ਕਰ ਦਿੰਦੇ ਹੋ? ਨਹੀਂ ਇਹ ਜ਼ਰੂਰੀ ਨਹੀਂ ਹੈ ਵੀ ਉਹ ਕਰ ਦੇਣ, ਇਹ ਤਾਂ ਕਰ ਵੀ ਸਕਦੇ ਆ, ਕਰ ਵੀ ਸਕਦੇ ਆ, ਪਰ ਜ਼ਰੂਰੀ ਨਹੀਂ ਉਹ ਕਰ ਦੇਣ, ਕਿਉਂਕਿ ਕਿਸੇ ਵੇਲੇ ਬੰਦੇ ਦੀ ਜਿਹੜੀ ਜ਼ਮੀਰ ਹੈ ਨਾ ਉਹ ਕਿਸੇ ਕੰਮ ਨੂੰ ਇਜਾਜ਼ਤ ਨਹੀਂ ਦਿੰਦੀ, ਫਿਰ ਉਹ ਨਹੀਂ ਕਰਦੇ। ਹਰ ਵੇਲੇ ਹੀ ਇਜਾਜ਼ਤ ਨਹੀਂ ਦਿੰਦੀ ਜਾਂ ਕਿਸੇ ਵੇਲੇ? ਨਹੀਂ ਹਰ ਵੇਲੇ ਹੀ, ਮੈਂ ਜਿੱਥੋਂ ਤੱਕ ਮੈਂ ਜਿੰਨਾ ਤੱਕ ਮੈਂ ਤਾਂ ਆਪਣੇ ਬਾਪ ਨੂੰ ਦੇਖਿਆ ਨਾ ਪੰਜਾਬ ਪੁਲਿਸ 'ਚ, ਅਤੇ ਮੈਨੂੰ ਲੱਗਦਾ ਵੀ ਅੱਜ ਤੱਕ ਕੋਈ ਵੀ ਬੰਦਾ, ਮੈਂ ਇੱਥੇ ਬੈਠਾ ਇੱਕ ਵਾਰੀ ਉਂਗਲ ਖੜੀ ਕਰਕੇ ਕਹਿ ਦੇ ਵੀ ਆਹ ਇੱਥੇ ਤੇਰੇ ਫਾਦਰ ਨੇ ਆਹ ਚੀਜ਼ ਗਲਤ ਕੀਤੀ ਸੀ। ਕਈ ਹੁੰਦੇ ਆ ਕਿਉਂਕਿ ਆਪਾਂ ਕਹਿ ਹੈ ਨਾ, ਹਰ ਉਂਗਲ ਇੱਕ ਬਰਾਬਰ ਨਹੀਂ ਨਾ, ਹਰ ਮਹਿਕਮੇ ਦੇ ਵਿੱਚ ਹੁੰਦੇ ਆ, ਜ਼ਰੂਰੀ ਥੋੜ੍ਹਾ ਪੰਜਾਬ ਪੁਲਿਸ ਹੀ ਆ, ਕਰਪਟ ਪੰਜਾਬ ਪੁਲਿਸ ਹੀ ਨਹੀਂ ਹੈ ਗੱਲੀ, ਹੋਰ ਵੀ ਬਥੇਰੇ ਮਹਿਕਮੇ ਆ, ਅਤੇ ਮੈਨੂੰ ਲੱਗਦਾ ਵੀ ਜੇ ਆਪਾਂ ਏ ਸੀ ਨੂੰ ਲੈ ਕੇ ਚੱਲਾਂਗੇ, ਹਾਂ ਪੰਜਾਬ ਪੁਲਿਸ ਕਿਤੇ ਨਾ ਕਿਤੇ ਖੜ੍ਹਦੀ ਵੀ ਹੈ, ਦੀਨਾਨਗਰ ਖੜ੍ਹੀ ਸੀਗੀ, ਕਿਤੇ ਨਾ ਕਿਤੇ ਤਾਂ ਉਹ ਵੀ ਆਪਣੀਆਂ ਛਾਤੀਆਂ ਤੰਗਦੇ ਹੀ ਆ। ਠੀਕ ਹੈ, ਕਲਮ ਨੂੰ ਕੀ ਮੰਨਦੇ ਹੋ ਤੁਸੀਂ? ਕਲਮ ਆਜ਼ਾਦ ਹੈ, ਗੁਲਾਮ ਹੈ, ਕੀ ਹੈ? ਕਲਮ ਗੁਲਾਮ ਵੀ ਆ ਅਤੇ ਆਜ਼ਾਦ ਵੀ ਆ, ਜੇ ਉਹਨੂੰ ਆਜ਼ਾਦ ਸੋਚਣੀ ਨਾਲ ਲਿਖਾਂਗੇ ਫਿਰ ਉਹ ਆਜ਼ਾਦ ਆ, ਜੇ ਗੁਲਾਮ ਸੋਚਣੀ ਨਾਲ ਲਿਖਾਂ ਫਿਰ ਗੁਲਾਮ ਆ, ਜੇ ਕਿਸੇ ਨੇ ਕਹਿਤਾ ਯਾਰ ਆਹ ਕੰਸੈਪਟ ਤੈਨੂੰ ਦੇਤਾ ਇਹਦੇ ਇੰਨੇ ਪੈਸੇ ਮਿਲਣਗੇ ਫਿਰ ਉਹ ਗੁਲਾਮ ਆ, ਜੇ ਆਜ਼ਾਦ ਕਿਤੇ ਬੈਠਾਂ ਤਾਂ ਆਪਣੇ ਦਿਲ ਦੀਆਂ ਲਿਖੀਆਂ ਫਿਰ ਉਹ ਆਜ਼ਾਦ ਆ। ਪਰ ਜੇ ਇੱਕ ਵਸਤੂ ਦੇ ਤੌਰ 'ਤੇ ਦੇਖੇ ਜਾਂ ਕੁਛ, ਮੈਂ ਇਹ ਸਮਝਦਾ ਹੁੰਦਾ ਬਈ ਕਲਮ ਤਾਂ ਗੁਲਾਮ ਹੀ ਹੈ, ਚਾਹੇ ਜਿਵੇਂ ਮਰਜ਼ੀ ਤੁਸੀਂ ਆਪਾਂ ਕਹਿ ਤਾਂ ਦਿੰਦੇ ਹਾਂ ਬਈ ਹਾਂ ਕਲਮ ਆਜ਼ਾਦ, ਕਿਉਂਕਿ ਕਲਮ ਤੋਂ ਜੋ ਆਪਾਂ ਫੜ ਕੇ ਜੋ ਲਿਖਤਾ ਕਲਮ ਉਸ ਤਰ੍ਹਾਂ ਲਿਖ ਦਿੰਦੀ ਹੈ, ਕਦੇ ਉਹ ਨਹੀਂ ਕਰਦੀ ਹੈ ਨਾ ਜੀ। ਹਾਂ, ਕਲਮ ਦੇ ਉੱਤੇ ਜਿਹੜਾ ਹੈਗਾ, ਇਹ ਕਹਿ ਸਕਦੇ ਕਿ ਗੀਤਕਾਰ ਦੀ ਗੁਲਾਮ ਆ, ਗੀਤਕਾਰ ਉਹਨੂੰ ਜਿੱਦਾਂ ਚਲਾਉਂਦਾ ਉਦਾਂ ਚੱਲੂਗੀ, ਜਿੱਦਾਂ ਉਹਨੂੰ ਢੰਗ ਆ ਗਿਆ ਉਹਨੂੰ ਫੜਨ ਦਾ, ਜਿੱਦਾਂ ਉਹਨੂੰ ਚਲਾਉਂਦਾ ਆ ਗਿਆ ਉਦਾਂ ਚੱਲੂਗੀ ਫਿਰ। ਪਰ ਇਹ ਹੁਣ ਗੀਤਕਾਰ ਦੀ ਮਾਨਸਿਕਤਾ ਵੀ ਉਹਨੇ ਕਿੱਦਾਂ ਚਲਾਉਣੀ ਹੈ, ਕਿਉਂਕਿ ਮੇਨਲੀ ਫੋਕਸ ਤਾਂ ਇਹੀ ਹੁੰਦਾ ਕਿ ਸਮੁੰਦਰ ਨੂੰ ਇੱਕ ਕੁੱਜੇ ਦੇ ਵਿੱਚ ਪਾਉਣ ਦੀ ਗੱਲ ਹੁੰਦੀ ਹੈ, ਤਾਂ ਉਹ ਜਦੋਂ ਕੁੱਜੇ 'ਚ ਪਾਉਣਾ ਆ ਗਿਆ ਫਿਰ ਤਾਂ ਕਿਸੇ ਵੀ ਚੀਜ਼ ਨੂੰ ਤੁਸੀਂ ਪਾ ਸਕਦੇ ਹੈ, ਠੀਕ ਹੈ ਨਾ। ਓਕੇ, ਮੈਂ ਚਲੋ ਮੈਨੂੰ ਇੰਨਾ ਨਹੀਂ ਨੌਲੇਜ ਨਹੀਂ ਹੈਗੀ, ਪਰ ਮੈਂ ਥੋੜ੍ਹਾ ਬਹੁਤਾ ਮੈਂ ਲਿਖ ਲੈਂਦਾ ਹੁੰਦਾ, ਮੈਂ ਕਲਮ ਬਾਰੇ ਲਿਖਿਆ ਸੀ, ਮੈਂ ਤੁਹਾਨੂੰ ਫੋਨ 'ਤੇ ਵੀ ਸ਼ਾਇਦ ਦੱਸਿਆ ਸੀਗਾ, ਹੈ ਨਾ, ਲਿਖਦੀ ਰਹਿੰਦੀ ਹਾਂ ਮੈਂ ਗੱਲ ਦੋ ਦਿਲਾਂ ਦੇ ਪਿਆਰ ਦੀ, ਮੇਰੇ ਬਾਰੇ ਲਿਖ ਲੇਖਕਾ ਕਲਮ ਵਾਸਾ ਮਾਰ, ਲੀਡਰਾਂ ਦੇ ਹੱਥ ਜਦ ਮੈਂ ਆਵਾਂ ਫਿਰ ਤਾਂ ਬਸ ਮਾਰੀ ਜਾਵਾਂ, ਲੋਕਾਂ ਨੂੰ ਇਹ ਚੂਨਾ ਲਗਾਉਂਦੇ ਮੇਰੇ ਜ਼ਰੀਏ ਪੈਸਾ ਖਾਂਦੇ,
ਹੁਣ ਮੈਥੋਂ ਬਿਨਾਂ ਹੁਣ ਗੱਡੀ ਨਹੀਂ ਚੱਲਦੀ ਮੇਰੀ ਸਰਕਾਰ ਦੀ, ਮੇਰੇ ਬਾਰੇ ਲਿਖ ਲਿਖਾ ਕਲਮ ਵਾਸਾ ਮਾਰ, ਕਿਉਂਕਿ ਕਲਮ ਦੀ ਆਪਾਂ ਕਹਿੰਦੇ ਹਾਂ ਵੀ ਕਲਮ ਹਰ ਤਰ੍ਹਾਂ ਦੇ ਨਾਲ ਅੱਜ ਗੁਲਾਮ ਹੋ ਚੁੱਕੀ ਹੈ। ਜਿੱਥੇ ਮਰਜ਼ੀ ਆਪਾਂ ਦੇਖ ਲਈਏ, ਲੀਡਰਾਂ ਦੇ ਕੋਲ ਜਾਂਦੀ ਹੈ ਜਾਂ ਕੁਛ ਵੀ ਗਲਤ ਹੋ ਰਿਹਾ, ਇਹ ਇਹ ਕਲਮ ਨੂੰ ਆਜ਼ਾਦ ਕਿਵੇਂ ਕੀਤਾ ਜਾਵੇ, ਕਿਵੇਂ ਜਿਹੜੇ ਹੈਗੇ ਆ ਲੋਕਾਂ ਨੂੰ ਅਵੇਅਰ ਕੀਤਾ ਜਾਵੇ? ਮੈਨੂੰ ਲੱਗਦਾ ਕਿ ਜਿੱਥੋਂ ਤੱਕ ਲੋਕਾਂ ਦੀ ਅਵੇਅਰਨੈਸ ਤੱਕ ਮੈਂ ਗੱਲ ਕਰਦਾ, ਅਗਰ ਮੈਂ ਅੱਜ ਕਾਲਜ ਪੜ੍ਹਦਾ ਨਾ, ਮੈਂ ਦੇਖਿਆ ਮਤਲਬ ਮੋਸਟਲੀ ਕੋਈ ਕੋਈ ਬੰਦਾ ਹੋਊਗਾ ਜਿਹੜਾ ਸਰਤਿੰਦਰ ਸਤਾਜ, ਗੁਰਦਾਸ ਮਾਨ, ਉਹਨਾਂ ਨੂੰ ਸੁਣਦਾ ਹੋਊਗਾ। ਤੁਸੀਂ ਜਿੱਦਾਂ ਦੀ ਸੁਣਨੀ ਕਰ ਲਓਗੇ ਉੱਦਾਂ ਦੀ ਤੁਹਾਡੀ ਮਾਨਸਿਕਤਾ ਆਜੂਗੀ। ਜ਼ਰੂਰੀ ਨਹੀਂ ਮੈਂ ਕਹਿੰਦਾ ਕਿ ਬੰਦਾ ਗਾਣਿਆਂ ਨਾਲ ਵਿਗੜਦਾ, ਉਹਦੇ ਆਸੇ ਪਾਸੇ ਦੀ ਸੁਸਾਇਟੀ ਕਿੱਦਾਂ ਦੀ ਹੈ, ਉਹਦੇ ਆਸੇ ਪਾਸੇ ਦਾ ਰਹਿਣ ਸਹਿਣ ਕਿੱਦਾਂ ਦਾ। ਸਭ ਤੋਂ ਪਹਿਲਾਂ ਤਾਂ ਮਾਂ ਪਿਓ ਦੀ ਗੱਲ ਆਉਂਦੀ ਆ ਕਿ ਉਹਨਾਂ ਨੇ ਕਿੱਦਾਂ ਦਾ ਸਿਖਾਇਆ ਬੱਚੇ ਨੂੰ, ਤੂੰ ਕਿੱਦਾਂ ਦਾ ਗਾੜੀ ਕਰਦਾ, ਠੀਕ ਆ। ਇਸ ਕਰਕੇ ਕਲਮ ਦਾ ਤਾਂ ਉਦੋਂ ਦੌਰ ਚੱਲਦਾ ਨਾ ਜਦੋਂ ਬੰਦਾ ਥੋੜ੍ਹਾ 15-16 ਸਾਲਾਂ ਦਾ ਹੋ ਜਾਂਦਾ, ਅਤੇ ਫਿਰ ਉਹ ਗਾਣੇ ਸੁਣਨੇ ਸ਼ੁਰੂ ਕਰਦਾ ਜਾਂ ਪਹਿਲਾਂ ਸ਼ੁਰੂ ਕਰ ਦਿੰਦਾ, ਉਹ ਤਾਂ ਉਹਦੀ ਗੱਲ ਤਾਂ ਬਾਅਦ 'ਚ ਆਉਂਦੀ, ਪਹਿਲਾਂ ਤਾਂ ਮਾਂ ਪਿਓ 'ਤੇ ਫੋਕਸ ਆ ਨਾ। ਜੇ ਉਹਨੇ ਚੰਗੀ ਸਿੱਖਿਆ ਲਈ ਹੋਊਗੀ ਤਾਂ ਚੰਗੇ ਵੱਲ ਜਾਊਗਾ, ਜਿੰਨੇ ਫਿਰ ਥੋੜ੍ਹੀ ਜਿਹੀ ਤੁਹਾਨੂੰ ਪਤਾ ਮਾੜੀ ਲਈ ਹੋਊਗੀ, ਫਿਰ ਮਾੜੇ ਵੱਲ ਜਾਊਗਾ। ਚੱਕਰ ਮੈਂ ਤਾਂ ਇਹੀ ਕਹੂੰਗਾ, ਕਹਿੰਦੇ ਵੀ ਇੰਜੋਏ ਜਿਹੜਾ ਹੈਗਾ ਇੰਜੋਏ ਹੈ ਜੀ, ਇਹ ਤਾਂ ਕਰਨਾ ਹੀ ਚਾਹੀਦਾ ਯਾਰ। ਧੀਆਂ ਭੈਣਾਂ ਦੇ ਅਸੀਂ ਮੈਂ ਮਾਪਿਆਂ ਨੂੰ ਵੀ ਦੋਸ਼ ਦਊਂਗਾ, ਪੁੱਤ ਘਰ ਤੋਂ ਬਾਹਰ ਨਿਕਲਦਾ ਨਾ ਹਰਮਨ, ਹਰਮਨ ਘਰ ਤੋਂ ਬਾਹਰ ਜਾਊਗਾ। ਚਲੋ ਮੈਂ ਇੱਕ ਐਗਜ਼ਾਮਪਲ ਦਿੰਦਾ, ਕੋਈ ਵੀ ਹਰਮਨ ਹੋ ਸਕਦਾ ਉਹ। ਅੱਜ ਮਾਂ ਕਹਿੰਦੀ ਹੈ ਜੇ ਬਾਹਰ ਜਾਈਏ ਬਨੈਣ ਪਾ ਕੇ ਪੁੱਤ ਚਲ ਜੂਗਾ ਨਾ, ਮਾਂ ਕਹਿੰਦੀ ਵੀ ਪੂਰੇ ਕੱਪੜੇ ਪਾ ਲਾ ਕਿਹਾ ਜਿਹਾ ਲੱਗਦਾ। ਉਹਦੀ ਉਹੀ ਧੀ ਉਸੇ ਤਰ੍ਹਾਂ ਬਨੈਣ ਦੀ ਤਰ੍ਹਾਂ ਹੀ ਹੁੰਦਾ, ਉਹ ਵੀ ਇੱਕ ਉਸੇ ਤਰ੍ਹਾਂ ਜਾਊਗੀ, ਕਹਿੰਦੀ ਬਹੁਤ ਸੋਹਣੀ ਲੱਗਦੀ ਹੈ ਮੇਰੀ ਧੀ ਯਾਰ, ਅਸੀਂ ਛੋਟੇ ਛੋਟੇ ਕੱਪੜਿਆਂ ਨੂੰ ਬਹੁਤ ਚੰਗਾ ਬਣਾ ਦਿੱਤਾ ਅੱਜ। ਇਹ ਤਾਂ ਹੁਣ ਤੁਸੀਂ ਦੱਸ ਹੀ ਦਿੱਤਾ ਵੀ ਕਸੂਰਵਾਰ ਮਾਂ ਪਿਓ ਆ। ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਲੀਅਰ ਕਰਤੀ ਕਿ ਮਾਂ ਪਿਓ ਦੀ ਮਾਨਸਿਕਤਾ ਕੀ ਕਹਿੰਦੀ। ਜੇ ਉੱਥੇ ਹੀ ਉਹ ਮਾਂ ਉਹਨੂੰ ਫੜ ਕੇ ਝਿੜਕਦੀ ਤਾਂ ਮੇਰੇ ਹਿਸਾਬ ਨਾਲ ਅੱਗੇ ਤੋਂ ਨਾ ਪਾਉਂਦੀ, ਜਾਂ ਉਸੇ ਵੇਲੇ ਕਹਿੰਦੀ ਕਿ ਮੈਂ ਚੇਂਜ ਕਰ ਲੈਂਦੀ ਹਾਂ। ਅਗਰ ਕਿਸੇ ਚੀਜ਼ ਦੀ ਪ੍ਰੇਜ਼ ਕਰਤੀ, ਜਿੱਦਾਂ ਹੁਣ ਤੁਸੀਂ ਕਹਿੰਦੇ ਜੇ ਕਿ ਆਪਾਂ ਕਹਿ ਦਿੰਦੇ ਯਾਰ ਮਾੜੀ ਕਲਾਕਾਰੀ ਆ ਗਈ, ਮਾੜੇ ਗੀਤਕਾਰ ਆ ਗਏ, ਜਦੋਂ ਅਸੀਂ ਪ੍ਰੇਜ਼ ਹੀ ਕਰਤੀ ਆਡੀਅੰਸ ਨੇ, ਫਿਰ ਤਾਂ ਉਹਨੇ ਆਉਣਾ ਹੀ ਹੈ। ਜਿਹੜੀ ਚੀਜ਼ ਦੀ ਪ੍ਰੇਜ਼ ਕਰੋਗੇ ਉਹਨੇ ਤਾਂ ਫਿਰ ਗਾਹ ਨੂੰ ਜਾਣਾ। ਜਿਹਨੂੰ ਇੱਕ ਵਾਰੀ ਥੱਲ ਪਾ ਦੋਗੇ ਹਾਂ ਇੱਥੇ ਰੁਕ ਜਾ, ਉਹ ਤਾਂ ਫਿਰ ਰੁਕ ਜਾਣੀ ਹੈ, ਉੱਥੇ ਨਹੀਂ ਨਾ ਰੁਕਣ ਲਈ ਕਿਹਾ। ਫਿਰ ਸਿਫਤ ਕਰਤੀ, ਸਿਫਤ ਜਦੋਂ ਅਗਲੇ ਬੰਦੇ ਨੂੰ ਕਰਤੀ, ਉਹਨੂੰ ਲੱਗਾ ਵਾਹ ਯਾਰ ਮੈਂ ਬੜਾ ਹੀ ਸੋਹਣਾ ਲੱਗਣ ਡਿਆ, ਇਸ ਤੋਂ ਅਗਲੀ ਵਾਰੀ ਹੋਰ ਥੋੜ੍ਹੇ ਛੋਟੇ ਪਾਊਂਗਾ, ਸ਼ਾਇਦ ਹੋਰ ਸੋਹਣਾ ਲੱਗਾ। ਹੁਣ ਕੀ ਸੁਣਾ ਰਹੇ ਵਧੀਆ? ਹੁਣ ਜੀ ਮੈਂ ਇੱਕ ਚੀਜ਼ ਸੁਣਾਉਂਦਾ, ਉਹ ਸੀਗਾ ਕਹਿੰਦਾ ਉਹ ਲੱਥ ਗਈਆਂ ਸ਼ਰਮਾਂ ਤੇ ਖੁੱਲ ਗਏ ਨੇ ਝਾਕੇਰੀ ਫਰੈਂਡ, ਤੂੰ ਬਣਾ ਦੇ ਭਾਈ ਭੈਣ ਨੂੰ ਹੀ ਆਖੇ ਜੀ, ਉਹ ਤੰਦ ਦਾ ਕੀ ਦੱਸਾਂ ਇੱਥੇ ਤਾਣੀ ਵਿਗੜੀ, ਤੰਦ ਦਾ ਕੀ ਦੱਸਾਂ ਇੱਥੇ ਤਾਣੀ ਵਿਗੜੀ, ਰੋਕੂ ਕਿਹੜਾ ਚੱਲਦੀ ਸ਼ਰਾਬ ਬੀੜੀ ਨੂੰ, ਉਹ ਕੁਝ ਖਾ ਲਿਆ ਮੋਬਾਈਲਾਂ, ਕੁਝ ਖਾ ਲਿਆ ਸਮੈਕਾਂ, ਕੁਝ ਖਾ ਲਿਆ ਸ਼ਕੀਨੇ ਨਵੀਂ ਪੀੜ੍ਹੀ ਨੂੰ, ਖਾ ਲਿਆ ਮੋਬਾਈਲਾਂ, ਕੁਝ ਖਾ ਲਿਆ ਸਮੈਕਾਂ, ਕੁਝ ਖਾ ਲਿਆ ਸ਼ਕੀਨੇ ਨਵੀਂ ਪੀੜ੍ਹੀ ਨੂੰ, ਉਹ ਇੱਜ਼ਤ ਨਾ ਕਰਦੇ ਪਏ ਉਹ ਮਹਾਂ ਦੀ, ਉਹ ਵਿਸਰਦੀ ਜਾਂਦੀ ਬੋੜ ਵਾਲੀ ਛਾਂ ਜੀ, ਉਹ ਜੱਟਾਂ ਦਾ ਕੀ ਦੱਸਾਂ ਵੇਲੇ ਰਹਿਣਾ ਗਿੱਝ ਗਏ, ਜੱਟਾਂ ਦਾ ਕੀ ਦੱਸਾਂ ਵੇਲੇ ਰਹਿਣਾ ਗਿੱਝ ਗਏ, ਮਾਰਦੇ ਨੇ ਕੁੱਟਦੇ ਨੇ ਪੂਰਾ ਸਿਰੀ ਨੂੰ, ਉਹ ਕੁਝ ਖਾ ਲਿਆ ਮੋਬਾਈਲਾਂ, ਕੁਝ ਖਾ ਲਿਆ ਸਮੈਕਾਂ, ਕੁਝ ਖਾ ਲਿਆ ਸ਼ਕੀਨੇ ਨਵੀਂ ਪੀੜ੍ਹੀ ਨੂੰ। ਆਹ ਤਿੰਨ ਕੁ ਚੀਜ਼ਾਂ ਹੀ ਆ ਜਿਹੜੀਆਂ ਖਾਣ ਡੀਆਂ। ਤੂੰ ਬੰਦਾ ਆਸ਼ਕੀ 'ਚ ਪੈਰੇ ਫਿਰ ਉਹਦਾ ਸਰੀਰ ਖਾਧਾ ਜਾਂਦਾ, ਸਮੈਕ 'ਚ ਪੈ ਜਾਏ ਤਾਂ ਵੀ ਸਰੀਰ ਖਾਧਾ ਜਾਂਦਾ, ਮੋਬਾਈਲ 'ਚ ਪੈ ਗਿਆ ਮਾਨਸਿਕਤਾ ਖਾਧੀ ਜਾਣੀ ਹੈ। ਅਤੇ ਹੁਣ ਕਾਸ਼ੀ ਨੂੰ ਕੁਛ ਕਹਿਣਾ, ਕਾਸ਼ੀ ਨੂੰ ਮੈਸੇਜ ਦੇ ਦਿਓ, ਜ਼ਰੂਰ ਇੰਟਰਵਿਊ ਸੁਣ ਰਿਹਾ ਹੋਊਗਾ। ਮੈਂ ਉਹਨੂੰ ਮੈਸੇਜ ਇੱਕੋ ਹੀ ਦੇਣਾ ਚਾਹੂੰਗਾ ਕਿ ਬਾਈ ਤੁਸੀਂ ਬਹੁਤ ਸੋਹਣਾ ਗਾਉਂਦੇ, ਬਹੁਤ ਸੋਹਣਾ ਤੁਸੀਂ ਇੰਟਰਵਿਊ ਦੇ ਵਿੱਚ ਦੱਸਿਆ, ਸੱਚ ਨੂੰ ਫਰਮਾਇਆ ਬੜਾ ਵਧੀਆ, ਠੀਕ ਆ।
ਪਰ ਤੁਸੀਂ ਆਪ ਸੱਚ ਬੋਲਿਆ। ਮੈਂ ਇਸ ਚੀਜ਼ ਦਾ ਉਹਨਾਂ ਨੂੰ ਸਵਾਲ ਪਾਊਂਗਾ ਵੀ ਤੁਸੀਂ ਆਪ ਸੱਚ ਬੋਲਿਆ। ਅਸੀਂ ਅੱਜ ਲੋਕਾਂ ਨੂੰ ਕਹਿ ਦਿੰਦੇ ਹਾਂ ਅਸੀਂ ਗਾਣੇ ਸੱਚੇ ਨਹੀਂ ਸੁਣਦੇ, ਲੱਚਰ ਤਾਂ ਪ੍ਰਮੋਟ ਕਰਦੇ ਇੱਦਾਂ ਉੱਦਾਂ, ਪਰ ਥੋੜ੍ਹਾ ਜਿਹਾ ਆਪ ਵੀ ਸੱਚ ਦਾ ਧਿਆਨ ਰੱਖਾਂਗੇ ਨਾ, ਉਹ ਚੀਜ਼ ਜ਼ਿਆਦਾ ਵਧੀਆ ਲੱਗੂਗੀ। ਬਸ ਮੈਂ ਇਹੀ ਕਹਿਣਾ ਚਾਹੂੰਗਾ ਵੀ ਵੀਰੇ ਤੈਨੂੰ ਅੱਗੇ ਤੋਂ ਕੋਈ ਗੀਤਕਾਰ ਮਿਲੇ ਤਾਂ ਉਹਨੂੰ ਉਹਦਾ ਹੱਕ ਦੇ ਦੀ, ਨਹੀਂ ਤਾਂ ਫਿਰ ਉਹ ਵੀ ਇੱਥੇ ਆ ਜੂਗਾ ਤੁਹਾਡੇ ਕੋਲ ਵੀ ਬਾਈ ਹੱਕ ਨਹੀਂ ਮਿਲਿਆ। ਬਸ ਠੀਕ ਹੈ ਠੀਕ ਹੈ। ਅਤੇ ਹਰਮਨ ਦੇ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ ਵੈਸੇ, ਕਿ ਹਰਮਨ ਦਾ ਮੈਨੂੰ ਉਦੋਂ ਹੀ ਫੋਨ ਆ ਗਿਆ ਸੀ, ਕਹਿੰਦੇ ਵੀ ਕਾਸ਼ੀ ਨੇ ਜੋ ਕਰਿਆ, ਮੈਂ ਉਹੀ ਬੋਲ ਰਿਹਾ ਹਰਮਨ ਜਿਸ ਦਾ ਨਾਂ ਲਿਆ ਸੀ, ਅਤੇ ਵੀ ਐਵੇਂ ਐਵੇਂ ਗੱਲ ਹੋ ਗਈ ਬਾਈ। ਮੈਂ ਕਿਹਾ ਦੇਖੋ ਯਾਰ, ਆਪਾਂ ਦਾ ਕੋਈ ਨਿੱਜੀ ਤਾਂ ਹੈ ਨਹੀਂ ਕਿਸੇ ਦੇ ਨਾਲ, ਹੈ ਨਾ, ਕਾਸ਼ੀ ਨੇ ਗੱਲਾਂ ਦੱਸੀਆਂ ਆਪਣੀਆਂ, ਤੁਸੀਂ ਆਓ ਰੁਝੇਵੇਂ ਹੁੰਦੇ ਆ, ਪਰ ਕਾਸ਼ੀ ਵੀਰ ਬਹੁਤ ਵਧੀਆ ਗੱਲਾਂ ਤੁਹਾਡੀਆਂ, ਅੰਦਰ ਸੱਚ ਸਾਨੂੰ ਰੱਖਣਾ ਪੈਣਾ ਹੈ। ਤੁਹਾਡਾ ਕੀ ਮਨੋਰਥ ਸੀ ਉਸ ਵੇਲੇ, ਤੁਸੀਂ ਕਿਉਂ ਇਹ ਕੁਝ ਕਿਹਾ ਜਾਂ ਕੁਛ ਉਪਹਿਰਾ, ਇਹ ਤਾਂ ਦਾਅਵਾ ਹੀ ਕਰ ਰਹੇ ਆ, ਰਜਿਸਟਰਡ ਵੀ ਹੈਗਾ ਇਹਨਾਂ ਦੇ ਕੋਲ ਸਾਰਾ ਕੁਛ, ਪਰ ਕਹਿੰਦੇ ਨਾ ਮੈਨੂੰ ਲੱਗਦਾ ਫਿਰ ਡੇਰੇਦਾਰਾਂ ਦੇ ਮਗਰ ਅਸੀਂ ਕਿਉਂ ਲੱਗੇ ਹੋਏ ਹਾਂ, ਕਿਉਂਕਿ ਕਾਸ਼ੀ ਤੇਰੀ ਬਹੁਤ ਲੋਕਾਂ ਨੇ ਪ੍ਰੇਜ਼ ਕੀਤੀ ਹੈ, ਆਪਾਂ ਉੱਪਰ ਉੱਪਰ ਦੇਖ ਲੈਂਦੇ ਹਾਂ। ਮੈਂ ਵੀ ਪਹਿਚਾਣ ਨਹੀਂ ਸਕਿਆ ਉਦੋਂ ਜੇ ਗੱਲ ਕਾਸ਼ੀ ਹਰਮਨ ਜੀ ਸੱਚਾ ਹੈ, ਸਬੂਤਾਂ ਦੇ ਆਧਾਰ 'ਤੇ ਗੱਲ ਕਰ ਰਿਹਾ, ਤਾਂ ਮੈਂ ਵੀ ਮੇਰੇ ਖਿਆਲ ਕਾਸ਼ੀ ਨੂੰ ਨਹੀਂ ਪਛਾਣ ਸਕਿਆ। ਮੈਂ ਤਾਂ ਸਮਝਦਾ ਸੀ ਬਹੁਤ ਰੱਬ ਦੇ ਨੇੜੇ ਆ ਉਹ ਬੰਦਾ, ਪਰ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਗਲਤ ਹੋ ਜਾਂਦੀਆਂ ਜੀ, ਔਰ ਇਹਨਾਂ ਗੱਲਾਂ ਨੂੰ ਸਾਨੂੰ ਇਗਨੋਰ ਕਰਨਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਚਲੋ ਤੁਸੀਂ ਇੱਕ ਉਸ ਚੀਜ਼ ਨੂੰ ਮੰਨ ਕੇ ਹੀ ਦਿਲ ਦੇ ਵਿੱਚ ਹੀ ਆਪਣੇ ਦੇ ਵਿੱਚ ਆਪਣੀ ਗਲਤੀ ਨੂੰ ਮਹਿਸੂਸ ਕਰਕੇ ਅਗਾਂਹ ਤੋਂ ਜਿਹੜਾ ਸੱਚ ਦੇ ਰਾਹ 'ਤੇ ਚੱਲੋ। ਬਹੁਤ ਵਧੀਆ ਤੁਹਾਡੀਆਂ ਤੁਸੀਂ ਗੱਲਾਂ ਕਰਦੇ ਹੋ, ਅਤੇ ਹਰਮਨ ਵੀਰ ਤੁਸੀਂ ਜੋ ਅੱਜ ਸੁਣਾਇਆ ਮੈਨੂੰ ਬਹੁਤ ਵਧੀਆ ਲੱਗਿਆ, ਔਰ ਹਥਿਆਰਾਂ ਤੋਂ ਬਿਨਾਂ, ਨਸ਼ਿਆਂ ਤੋਂ ਬਿਨਾਂ ਜਾਂ ਲੱਚਰਤਾ ਨਾ ਲਿਖ ਕੇ ਇਸੇ ਤਰ੍ਹਾਂ ਲਿਖਦੇ ਰਹੋ। ਮੈਂ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦਾ। ਧੰਨਵਾਦ ਜੀ, ਧੰਨਵਾਦ ਬਹੁਤ। ਇਸੇ ਤਰ੍ਹਾਂ ਹੀ ਲਿਖਦੇ ਰਹਾਂਗੇ ਜੀ, ਇੱਕ ਦਾਇਰੇ ਦੇ ਵਿੱਚ ਰਹਿ ਕੇ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ, ਹਰ ਕਿਸੇ ਵਰਗਾ ਗਾਵਾਂਗੇ, ਮਤਲਬ ਹਰ ਇੱਕ ਜੋ ਚਾਹੁੰਦਾ ਹੈ ਆਡੀਅੰਸ ਉੱਦਾਂ ਦਾ ਦੇਵਾਂਗੇ, ਪਰ ਇੱਕ ਦਾਇਰੇ ਦੇ ਵਿੱਚ ਰਹਿ ਕੇ। ਬਹੁਤ ਚਲੋ, ਬਹੁਤ ਸ਼ੁਕਰੀਆ ਤੁਸੀਂ ਐਡੀ ਦੂਰੋਂ ਆਏ, ਉਹਦੇ ਲਈ ਵੀ ਤੁਹਾਡਾ ਧੰਨਵਾਦ, ਹੈ ਨਾ। ਚਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿ ਮੈਨੂੰ ਲੱਗਦਾ ਕਿ ਕਈ ਇੱਦਾਂ ਦੇ ਬੰਦੇ ਆ ਜਿਹੜੇ ਦੱਬੇ ਰਹਿ ਜਾਂਦੇ, ਥੋੜ੍ਹਾ ਪਤਾ ਨਹੀਂ ਲੱਗਦਾ ਸੱਚ ਦਾ ਕਿ ਹਾਂ ਯਾਰ, ਮੈਨੂੰ ਲੱਗਦਾ ਮੈਂ ਨਹੀਂ ਹਾਂ ਇੱਕ ਲਿਖਾਰੀ ਬਹੁਤ ਆ ਜਿਨ੍ਹਾਂ ਦੇ ਸ਼ਾਇਦ ਮੇਬੀ ਕਿਸੇ ਨੇ ਗਾਣੇ ਗਾਤੇ ਹੋਣ, ਵਿਚਾਰਿਆਂ ਕਸੂਰ ਸੀ ਨਾ ਹੋਵੇ। ਮੈਂ ਰੱਬ ਦਾ ਸ਼ੁਕਰ ਕਰਦਾ, ਤੁਹਾਡੇ ਵਰਗੇ ਵੀਰਾਂ ਦਾ ਸ਼ੁਕਰ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਲਿਆਂਦਾ, ਅਤੇ ਥੋੜ੍ਹਾ ਜਿਹਾ ਆਡੀਅੰਸ ਨੂੰ ਦੱਸਿਆ ਵੀ ਸ਼ੁਕਰ ਤਾਂ ਕਾਸ਼ੀ ਦਾ ਕਰੋ ਜੀ, ਨਹੀਂ ਕਿਉਂ ਕਾਸ਼ੀ ਨੇ ਅਗਰ ਕੁਛ ਕਿ ਨਹੀਂ, ਹੈ ਨਾ, ਨਾਮ ਲੈਣ ਤੁਸੀਂ ਆਉਣਾ ਹੀ ਨਹੀਂ ਸੀ ਵੀ, ਠੀਕ ਹੈ ਚਲੋ। ਇੱਕ ਕਾਸ਼ੀ ਦਾ ਵੀ ਚਾਹੇ ਕਹਿੰਦੇ ਚਾਹੇ ਗਲਤੀ ਬੰਦਾ ਕਰ ਲੈਂਦਾ, ਪਰ ਜ਼ਰੀਆ ਬਣਾ ਤੇ ਉਹਨੇ, ਉਹਦਾ ਧੰਨਵਾਦ, ਉਹਦਾ ਵੀ ਧੰਨਵਾਦ ਬਾਈ ਦਾ ਵੀ ਬਹੁਤ ਬਹੁਤ ਆ। ਬਸ ਮੈਂ ਇਹ ਹੀ ਕਹੂੰਗਾ ਬਾਈ ਵੀ ਕਾਸ਼ੀ ਬਾਈ ਵੀ ਤੂੰ ਮੈਨੂੰ ਤੇਰੇ ਨਾਲ ਕੋਈ ਰੋਸ ਨਹੀਂ, ਕਿਉਂਕਿ ਜਦੋਂ ਮੈਂ ਤੈਨੂੰ ਗਾਣਾ ਸੈਂਡ ਕੀਤਾ ਸੀਗਾ ਜਾਂ ਦਿੱਤਾ ਸੀਗਾ ਤਾਂ ਮੈਂ ਤੈਨੂੰ ਗਾਉਣ ਲਈ ਦਿੱਤਾ ਸੀਗਾ, ਮੈਂ ਇਹ ਤਾਂ ਨਹੀਂ ਕਿ ਦਿੱਤਾ ਸੀਗਾ ਵੀ ਤੂੰ ਗਾ ਗਾ ਹੀ ਨਾ, ਆਵਾਜ਼ ਮੈਂ ਕਮਾਲ ਦੀ, ਹਾਂ ਆਵਾਜ਼ ਕਮਾਲ ਦੀ ਆ, ਤਾਂ ਮੈਂ ਉਹਨੂੰ ਇਸ ਲਈ ਦਿੱਤਾ ਸੀ ਵੀ ਤੂੰ ਗਾ, ਠੀਕ ਹੈ ਨਾ ਬਾਈ। ਫਿਰ ਅਗਰ ਹੁਣ ਹੀ ਗਾ ਰਿਹਾ ਸੀਗਾ ਤਾਂ ਮੈਨੂੰ ਇੱਕ ਦਿਨ ਪਹਿਲਾਂ ਫੋਨ ਕਰਕੇ ਦੱਸ ਦਿੰਦਾ ਬਾਈ ਮੈਂ ਤੇਰਾ ਗਾਣਾ ਗਾਉਣਾ ਅਤੇ ਮੈਂ ਤੇਰਾ ਨਾਮ ਵੀ ਲੈ ਦੂੰਗਾ, ਤਾਂ ਮੈਨੂੰ ਕੋਈ ਪ੍ਰੋਬਲਮ ਨਾ ਹੁੰਦੀ, ਠੀਕ ਹੈ ਨਾ। ਹਾਂ ਵੀ ਦੱਸਿਆ ਨਹੀਂ ਤਾਂ ਉਹਦੇ ਲਈ ਸੱਚ ਜਿਹੜਾ ਤੁਹਾਨੂੰ ਪਤਾ ਹੀ ਹੈ, ਫਿਰ ਸੱਚ ਤਾਂ ਸੱਚ ਹੀ ਹੈ। ਬਿਲਕੁਲ। ਸੋ ਇਹ ਸੀ ਹਰਮਨ ਕੋਟਲਾ ਜਿਹਨਾਂ ਦਾਅਵਾ ਕੀਤਾ ਹੈ ਕਿ ਜੋ ਕਾਸ਼ੀ ਨਾਥ ਦੇ ਵੱਲੋਂ ਗੀਤ ਗਾਇਆ ਗਿਆ ਸੀਗਾ ਉਹ ਇਹਨਾਂ ਦਾ ਸੀਗਾ, ਅਤੇ ਹੋਰ ਵੀ ਗੀਤ ਲਿਖ ਰਹੇ ਨੇ ਇਸੇ ਤਰ੍ਹਾਂ, ਔਰ ਚੰਗਾ ਲਿਖੇ ਜਿਹੜੇ ਵੀ ਗੀਤਕਾਰ ਸਾਡੇ ਕੋਲ ਆਉਂਦੇ ਨੇ, ਅਸੀਂ ਤਾਂ ਪਹਿਲਾਂ ਇਹੀ ਪ੍ਰਣ ਕਰਵਾਈਦਾ ਕਿ ਚੰਗਾ ਹੀ ਲਿਖਿਓ ਵੀਰੇ, ਕਿਉਂਕਿ ਅੱਜ ਸਮਾਜ ਦੀ, ਪੰਜਾਬ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ। ਜਿਹੜੇ ਮਰਜ਼ੀ ਆਪਾਂ ਪੱਖ ਨੂੰ ਦੇਖ ਲਈਏ, ਸਮਾਜਿਕ, ਆਰਥਿਕ, ਧਾਰਮਿਕ, ਹਰ ਪੱਖ ਵਿਗੜੇ ਹੋਏ ਨੇ। ਇਹਨਾਂ ਨੂੰ ਸੁਲਝਾਉਣ ਦੇ ਲਈ ਇੱਕ ਕਲਮ ਹੀ ਰਹਿ ਗਈ ਹੈ, ਹੁਣ ਕੁਛ ਚੰਗਾ ਲਿਖੀ ਜਾਵਾਂਗੇ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਜਾਏਗੀ ਉਹ ਚੀਜ਼, ਤਾਂ ਮੈਂ ਕਹਿੰਦਾ ਸਾਡੇ ਸਮਾਜ ਦਾ ਜਿਹੜਾ ਤਾਣਾ ਬਾਣਾ ਖਿਲ ਰਿਹਾ ਹੋਇਆ ਉਹ ਸਾਰਾ ਫਿਰ ਇਕੱਠਾ ਹੋ ਜਾਏਗਾ, ਅਤੇ ਫਿਰ ਇੱਕ ਖੁਸ਼ਹਾਲੀ ਦੇ ਨਾਲ
ਇੱਕ ਦੂਜੇ ਨੂੰ ਭੈਣ ਭਾਈ ਸਮਝ ਕੇ ਅਸੀਂ ਜੀਣ ਲੱਗ ਜਾਂਗੇ। ਰਿਸ਼ਤੇ ਨਾਤੇ ਜਿੱਥੇ ਜਿਵੇਂ ਦਾ ਰਿਸ਼ਤਾ ਨਿਭਾਉਣਾ ਉੱਥੇ ਉਵੇਂ ਦੇ ਰਿਸ਼ਤੇ ਅਸੀਂ ਨਿਭਾਉਣ ਲੱਗ ਜਾਂਗੇ। ਸੋ ਇਸੇ ਤਰ੍ਹਾਂ ਕਿਸੇ ਹੋਰ ਗੀਤਕਾਰ ਦੇ ਨਾਲ ਜਾਂ ਹੋਰ ਕਲਾਕਾਰ ਦੇ ਨਾਲ ਤੁਹਾਡੀ ਮੁਲਾਕਾਤ ਜ਼ਰੂਰ ਕਰਵਾਵਾਂਗੇ। ਇਹ ਸੀ ਹਰਮਨ ਕੋਟਲਾ, ਜਗਦੀਪ ਸਿੰਘ ਥਲਿੰਦੇ ਹੋਏ ਇਜਾਜ਼ਤ, ਧੰਨਵਾਦ।